ਜੇ ਆਪਣੇ 'ਤੇ ਕਿਰਪਾ ਬਖਸ਼ਿਸ਼ ਹੈ ਪਰਮਾਤਮਾ ਦੀ, ਕਦੇ ਹਉਮੈ ਨਹੀਂ ਕਰਨੀ ਵੀ ਮੈਂ ਆਹ ਕੀਤਾ ਮੈਂ ਆਹ ਕੀਤਾ। ਉਦੋਂ ਵੀ ਕਹਿਣਾ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ। ਮਾਲਕਾ ਜੋ ਕੁਛ ਵੀ ਹੈਗਾ ਉਹ ਸਭ ਤੇਰਾ ਹੀ ਹੈ। ਇਸ ਤਰ੍ਹਾਂ ਦਾ ਜੀਵਨ ਚਾਹੀਦਾ, ਹਉਮੈ ਤੋਂ ਬਚਣਾ, ਮਾਲਕ ਨਾਲ ਪ੍ਰੇਮ। ਪ੍ਰੇਮ ਦਾ ਮਤਲਬ ਪਤਾ ਕੀ ਹੁੰਦਾ ਹੈ? ਪਰੇ ਮੈਂ। ਪ੍ਰੇਮ ਦਾ ਮਤਲਬ ਹੁੰਦਾ ਪਰੇ ਮੈਂ, ਅਤੇ ਜਿਹੜੀ ਹਉਮੈ ਹੈ ਉਹ ਹੁੰਦੀ ਹੈ ਮੈਂ ਮੇਰੀ। ਜਿੱਥੇ ਹਉਮੈ ਹੈ ਉੱਥੇ ਮਾਣ ਤਾਣ ਸਤਿਕਾਰ ਘਟਦਾ ਗੁਰਮੁਖੋ, ਅਤੇ ਜਿੱਥੇ ਪ੍ਰੇਮ ਹੋਵੇ ਉੱਥੇ ਮਾਣ ਤਾਣ ਸਤਿਕਾਰ ਵੱਧਦਾ। ਆਖੋ ਸਤਨਾਮ ਵਾਹਿਗੁਰੂ। ਆਪਾਂ ਪ੍ਰੇਮ ਦੀ ਜ਼ਿੰਦਗੀ ਜਿਉਣੀ ਹੈ, ਅਤੇ ਜੇ ਪਰਮਾਤਮਾ ਦੇ ਨਾਲ ਪ੍ਰੇਮ ਪਾਉਣਾ ਚਾਹੁੰਦੇ ਹਾਂ ਤਾਂ ਪਰਮਾਤਮਾ ਬਾਰੇ ਸੁਣੋ, ਪੜ੍ਹੋ। ਵੱਧ ਤੋਂ ਵੱਧ ਪੜ੍ਹਨ ਦੀ ਆਦਤ ਹਰ ਇਨਸਾਨ ਨੂੰ ਜ਼ਿਆਦਾ ਹੋਣੀ ਚਾਹੀਦੀ ਹੈ, ਕਿਉਂਕਿ ਪੜ੍ਹ ਕੇ ਮਾਣ ਸਤਿਕਾਰ ਵੱਧਦਾ, ਪੜ੍ਹ ਕੇ ਸਾਨੂੰ ਗਿਆਨ ਮਿਲਦਾ ਹੈ। ਜੇ ਪੜ੍ਹ ਨਹੀਂ ਸਕਦਾ ਫਿਰ ਦੂਜਾ ਤਰੀਕਾ ਸੁਣਨ ਦਾ। ਗੁਰਮੁਖ ਪਿਆਰਿਓ, ਧਿਆਨ ਨਾਲ ਸੁਣਨਾ, ਅਤੇ ਸੁਣ ਕੇ ਵੀ ਪੜ੍ਹ ਕੇ ਵੀ, ਉਦੋਂ ਬਾਅਦ ਉਹਦਾ ਸਿੱਟਾ ਕੀ ਹੈ, ਸਾਰ ਕੀ ਹੈ, ਇਹ ਆਪਾਂ ਸਮਝਣਾ ਹੈ। ਕਿਉਂਕਿ ਮਾੜੀਆਂ ਗੱਲਾਂ ਸਿਖਾਉਣ ਵਾਸਤੇ ਵੀ ਬੜੀਆਂ ਕਿਤਾਬਾਂ ਲਿਖੀਆਂ ਗਈਆਂ, ਸੁਣਨ ਨੂੰ ਬਹੁਤ ਕੁਛ ਮਿਲਦਾ, ਮਾੜਾ ਵੀ ਮਿਲਦਾ ਹੈ। ਅਤੇ ਸਾਡਾ ਜੀਵਨ ਉੱਚਾ ਸੁੱਚਾ ਚੱਕਣ ਵਾਸਤੇ ਚੰਗੀਆਂ ਕਿਤਾਬਾਂ, ਚੰਗੇ ਗ੍ਰੰਥ ਬਹੁਤ ਲਿਖੇ ਪਏ ਨੇ। ਸੁਣਨ ਨੂੰ ਵੀ ਬਹੁਤ ਕੁਛ ਮਿਲਦਾ ਹੈ, ਪਰ ਇਹ ਤੈਂ ਦੇਖਣਾ ਵੀ ਮੈਂ ਕਿਹੜੀ ਗੱਲ ਆਪਣੇ ਚਿੱਤ ਚੇਤੇ 'ਚ ਵਸਾਉਣੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਮਹਾਰਾਜ ਕਹਿੰਦੇ ਨੇ ਹੁਕਮ ਵਿੱਚ ਆਕਾਰ ਬਣੇ, ਹੁਕਮ ਵਿੱਚ ਮਾਣ ਤਾਣ ਸਤਿਕਾਰ ਹੋਇਆ, ਹੁਕਮ ਵਿੱਚ ਜੀਵ ਪੈਦਾ ਹੁੰਦੇ ਨੇ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਉਹਦੇ ਹੁਕਮ ਵਿੱਚ ਕੋਈ ਉੱਚਾ ਕੋਈ ਨੀਵਾਂ, ਜਾਤੀ ਤੌਰ 'ਤੇ ਨਹੀਂ ਸਰੀਰਕ ਤੌਰ 'ਤੇ, ਗੁਣਾ ਕਰਕੇ ਗੁਰਮੁਖ। ਉਹਦੇ ਹੁਕਮ ਵਿੱਚ ਕੋਈ ਉੱਚਾ ਕੋਈ ਨੀਵਾਂ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਉਹਦੇ ਹੁਕਮ ਦੇ ਮੁਤਾਬਕ ਹੀ ਕਿਸੇ ਨੂੰ ਦੁੱਖ ਹੈ, ਕਿਸੇ ਨੂੰ ਸੁੱਖ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਦੁਖੀ ਨੇ ਚਾਹੁੰਦੇ ਤਾਂ ਉਹ ਹੈ ਨਹੀਂ ਵੀ ਸਾਡੇ 'ਤੇ ਦੁੱਖ ਹੋਵੇ, ਪਰ ਗੁਰਮੁਖ ਪਿਆਰਿਓ ਜਿਹੜੇ ਕਰਮ ਕੋਈ ਮਾੜੇ ਪਿੱਛੇ ਕੀਤੇ ਹੁੰਦੇ ਹੈ ਉਹਨਾਂ ਕਰਕੇ ਸਾਨੂੰ ਦੁੱਖ ਭੋਗਣਾ ਪੈਂਦਾ ਹੈ, ਕੀਤੇ ਕਰਮਾਂ ਦਾ ਫਲ। ਮਹਾਰਾਜ ਕਹਿੰਦੇ ਨੇ ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਕਹਿੰਦੇ ਕਈਆਂ 'ਤੇ ਤਾਂ ਹੁਕਮ ਇਹੋ ਜਿਹਾ ਕੀਤਾ ਪਰਮਾਤਮਾ ਨੇ ਬਖਸ਼ਿਸ਼ ਕਰਕੇ ਆਪਣੇ ਨੇੜੇ ਲਾ ਲਏ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਕਈ ਉਸ ਮਾਲਕ ਦੇ ਹੁਕਮ ਵਿੱਚ ਗੁਰਮੁਖ ਪਿਆਰਿਓ ਭਟਕ ਜਾਂਦੇ ਆ ਮਾਰਗ ਤੋਂ, ਰਸਤੇ ਤੋਂ। ਉਹ ਆਪਣੇ ਵੱਡੇ ਵਡੇਰਿਆਂ ਦਾ ਕਿਹਾ ਸੁਣਦੇ ਨਹੀਂ, ਅਤੇ ਨਾ ਹੀ ਪਰਮਾਤਮਾ ਨਾਲ ਜੁੜਦੇ ਆ, ਮਾਲਕ ਨਾਲ, ਗੁਰੂ ਨਾਲ ਨਹੀਂ ਜੁੜਦੇ।
ਫਿਰ ਉਹ ਪਰਮੇਸ਼ਰ ਤੋਂ ਦੂਰ ਹੋ ਜਾਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਕਹਿੰਦੇ ਜਿੰਨੇ ਜੀਵ ਮਾਲਕ ਨੇ ਸਾਜੇ ਸ੍ਰਿਸ਼ਟੀ ਬਣਾਈ, ਸਾਰੇ ਉਹਦੇ ਹੁਕਮ ਵਿੱਚ ਹੈ। ਉਹਦੇ ਹੁਕਮ ਤੋਂ ਬਾਹਰ ਆਪਾਂ ਨਹੀਂ ਜਾ ਸਕਦੇ। ਅਤੇ ਜਿਨ੍ਹਾਂ ਨੇ ਹੁਕਮ ਨੂੰ ਬੁੱਝ ਲਿਆ, ਨਾਨਕ ਹੁਕਮੈ ਜੇ ਬੁੱਝੈ, ਬੁੱਝਣਾ ਭਾਵ ਸਮਝਣਾ, ਜਿਨ੍ਹਾਂ ਨੇ ਉਹਦੇ ਹੁਕਮ ਨੂੰ ਬੁੱਝ ਲਿਆ, ਸਮਝ ਲਿਆ, ਮਹਾਰਾਜ ਕਹਿੰਦੇ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਕਹਿੰਦੇ ਫਿਰ ਉਹ ਹਉਮੈ ਨਹੀਂ ਕਰਦੇ, ਮੈਂ ਮੇਰੀ ਨਹੀਂ ਕਰਦੇ ਵੀ ਆਹ ਮੈਂ ਕੀਤਾ ਜਾਂ ਮੇਰਾ ਕੀਤਾ ਹੋ ਰਿਹਾ। ਉਹ ਤਾਂ ਨਿਤਨੇਮ ਕਰਕੇ ਵੀ ਕਹਿਣਗੇ ਮਾਲਕਾ ਆਪ ਜੀ ਦੇ ਭਾਣੇ ਵਿੱਚ ਨਿਤਨੇਮ ਹੋਇਆ ਹੈ। ਸੇਵਾ ਕਰਕੇ ਕਹਿਣਗੇ ਸਤਿਗੁਰ ਆਪ ਜੀ ਨੇ ਸੇਵਾ ਕਰਵਾਈ। ਅਤੇ ਜੇ ਸਵੇਰੇ ਉੱਠ ਕੇ ਭਜਨ ਪਾਠ ਕਰੀਦਾ, ਪਰਿਵਾਰ ਬਾਲ ਬੱਚਿਆਂ ਨੂੰ ਸੰਭਾਲੀਦਾ, ਉਦੋਂ ਵੀ ਦੇਖ ਲਿਓ ਹੁਣ ਆਪਾਂ ਤਾਂ ਪਏ ਹੁੰਦੇ ਹਾਂ ਸੁੱਤੇ ਗੁਰਮੁਖੋਂ, ਉਦੋਂ ਵੀ ਪਰਮਾਤਮਾ ਦੀ ਕਿਰਪਾ ਨਾਲ ਸਾਹ ਚੱਲਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੈਨੂੰ ਸਮਾਉਣ ਵਾਲਾ ਕੌਣ ਹੈ, ਨੀਂਦ ਦੇਣ ਵਾਲਾ ਕੌਣ ਹੈ, ਸੁੱਤੇ ਪਏ ਨੂੰ ਉਠਾਉਣ ਵਾਲਾ ਕੌਣ ਹੈ, ਕਦੇ ਖਿਆਲ ਕਰਿਆ ਕਰ। ਇਹ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਭਾਈ ਆਪਾਂ ਮਾਲਕ ਦੇ ਭਾਣੇ ਵਿੱਚ ਰਹਿਣਾ, ਜਿੱਥੇ ਜਿੱਥੇ ਮਾਲਕ ਨੇ ਰੱਖਿਆ ਉਹਦੀ ਰਜ਼ਾ ਵਿੱਚ ਰਾਜੀ ਰਹੋ। ਜੇ ਸਭ ਕੁਛ ਮਿਲਿਆ ਤਾਂ ਵੀ ਹਉਮੈ ਨਹੀਂ ਕਰਨੀ, ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ। ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਅਤੇ ਹਰ ਵੇਲੇ ਫਿਰ ਕੀ ਕਰੀਏ, ਹਰ ਵੇਲੇ ਪਰਮਾਤਮਾ ਦਾ ਸਿਮਰਨ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਠਦਿਆਂ, ਬਹਿੰਦਿਆਂ, ਜਾਗਦਿਆਂ, ਕੰਮ ਧੰਦਾ ਕਰਦਿਆਂ ਵਾਹਿਗੁਰੂ ਵਾਹਿਗੁਰੂ ਤਾਂ ਜਪ ਸਕਦੇ ਹਾਂ ਨਾ ਭਾਈ ਆਪਾਂ। ਮਹਾਰਾਜ ਕਹਿੰਦੇ ਕੋਈ ਹਿੰਦੂ ਹੈ ਰਾਮ ਕਵੇ, ਕੋਈ ਮੁਸਲਮਾਨ ਹੈ ਅੱਲਾ ਕਵੇ, ਕੋਈ ਸਿੱਖ ਹੈ ਵਾਹਿਗੁਰੂ ਕਵੇ, ਸਾਰੇ ਹੀ ਸਤਿਕਾਰ ਯੋਗ ਨੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆ, ਕੋਈ ਅੱਲਾ ਹੈ। ਜਿਵੇਂ ਵੀ ਜੁੜ ਸਕਦੇ ਹੋ ਜੁੜੋ। ਇੱਕ ਤਾਂ ਪਰਮਾਤਮਾ ਦਾ ਭਜਨ ਜ਼ਰੂਰ ਕਰਨਾ, ਅੰਮ੍ਰਿਤ ਵੇਲੇ ਉੱਠੀਏ, ਮੈਂ ਵੀ ਵਿੱਚੋਂ ਹੀ ਹਾਂ, ਇਸ਼ਨਾਨ ਕਰਕੇ ਪਹਿਲਾਂ ਸਰੀਰ ਦੀ ਸੁੱਚਤਾ ਜ਼ਰੂਰੀ ਹੈ। ਦਾਤਨ ਕੁਰਲਾ ਕਰ ਲਓ, ਬੁਰਸ਼ ਕਰ ਲਓ, ਇਸ਼ਨਾਨ ਕਰਕੇ ਬੈਠੋ, ਕੁਝ ਸਮਾਂ ਪਰਮਾਤਮਾ ਦਾ ਭਜਨ ਕਰੀਏ। ਕਿਉਂਕਿ ਸਿਮਰਨ ਕਰਨ ਦੇ ਨਾਲ ਸਾਨੂੰ ਉਹ ਗਿਆਨ ਪ੍ਰਾਪਤ ਹੁੰਦਾ ਜਿਹਦਾ ਕੋਈ ਅੰਤ ਹੀ ਨਹੀਂ। ਗੁਰਮੁਖੋ ਠੀਕ ਹੈ, ਹੁਣ ਜ਼ਮਾਨਾ ਦੇਖੋ, ਸਕੂਲ ਕਾਲਜ ਬਣ ਗਏ, ਆਪਣੇ ਬੱਚਿਆਂ ਨੂੰ ਵਿੱਦਿਆ ਪੜ੍ਹਾਓ, ਆਪ ਵੀ ਪੜ੍ਹੋ, ਕੱਪੜੇ ਭਾਵੇਂ ਸਸਤੇ ਪਾ ਲਓ ਪਰ ਵਿੱਦਿਆ ਜ਼ਰੂਰ ਪੜ੍ਹਨੀ ਚਾਹੀਦੀ। ਮਾਤਾ ਪਿਤਾ ਦੀ ਸੇਵਾ ਕਰੋ। ਵਿਆਹ ਹੋ ਗਿਆ, ਚਾਹੇ ਪਤੀ ਹੈ ਚਾਹੇ ਪਤਨੀ ਹੈ, ਆਪਣੇ ਫਰਜ਼ ਪਛਾਣੋ, ਇੱਕ ਦੂਜੇ ਦਾ ਵੀ ਸਾਥ ਦਿਓ। ਐਸਾ ਕਰਮ ਨਾ ਕਰੋ ਜਿਹਦੇ ਨਾਲ ਪਰਿਵਾਰ ਟੁੱਟਣ, ਅਤੇ ਨਾਲ ਨਾਲ ਭਾਈ ਆਪਣੇ ਮਾਂ ਬਾਪ ਦਾ ਵੀ ਖਿਆਲ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਾ ਹੋਵੇ ਵੀ ਪਤੀ ਪਤਨੀ ਬਣ ਗਏ ਪਰ ਪੁੱਤਤੀ ਵਾਲਾ ਫਰਜ਼ ਭੁੱਲ ਜਾਈਏ। ਉਹ ਵੀ ਐਡਜਸਟਮੈਂਟ ਆਪਾਂ ਕਰਨੀ ਹੈ, ਜਿਵੇਂ ਮਰਜ਼ੀ ਹੋਵੇ
ਮਾਪਿਆਂ ਨੇ ਜਿਹੜੀ ਆਸ ਤੇਰੇ 'ਤੇ ਲਾਈ ਉਹ ਵੀ ਨਾ ਤੋੜੀ, ਅਤੇ ਜੇ ਵਿਆਹ ਸ਼ਾਦੀ ਹੋਇਆ ਫਿਰ ਉਦੋਂ ਵੀ ਗੁਰੂ ਜੀ ਦੇ ਬਚਨ ਯਾਦ ਰੱਖੀ, ਧਨ ਪਿਰ ਇਹ ਨਾ ਆਖੀਐ ਬਹਿਨ ਇਕੱਠੇ ਹੋਏ। ਕਹਿੰਦੇ ਪਤੀ ਪਤਨੀ ਉਹ ਨਹੀਂ ਹੁੰਦੇ ਵੀ ਸਰੀਰਕ ਤੌਰ 'ਤੇ ਇਕੱਠੇ ਹੋ ਗਏ ਬਹਿ ਗਏ ਆਪਾਂ, ਧਨ ਪਿਰ ਇਹ ਨਾ ਆਖੀਐ ਬਹਿਨ ਇਕੱਠੇ ਹੋਏ। ਫਿਰ ਕੌਣ ਨੇ ਅਸਲ ਵਿੱਚ ਪਤੀ ਪਤਨੀ ਕੌਣ ਨੇ? ਸਤਿਗੁਰ ਕਹਿੰਦੇ ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ। ਪਤੀ ਇਸਤਰੀ ਪਤੀ ਪਤਨੀ ਉਹ ਨੇ ਸਰੀਰ ਭਾਵੇਂ ਦੋ ਹੋਣ ਪਰ ਅੰਦਰ ਦੀ ਵਿਚਾਰਧਾਰਾ ਅੰਦਰ ਦੀ ਜੋਤ ਇੱਕੋ ਹੀ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਗੱਲਾਂ 'ਤੇ ਪਹਿਰਾ ਦੇਣਾ ਹੈ। ਜੇ ਬਾਲ ਬੱਚੇ ਹੋ ਗਏ ਉਦੋਂ ਵੀ ਇਹ ਕੋਈ ਚਾਅ ਨਹੀਂ ਹੁੰਦਾ ਹੁਣ ਮੈਂ ਮਾਂ ਬਣ ਗਈ ਜਾਂ ਮੈਂ ਬਾਪ ਬਣ ਗਿਆ ਪਿਓ ਬਣ ਗਿਆ, ਉਦੋਂ ਵੀ ਸਮਝਣਾ ਹੈ ਕਿ ਹੁਣ ਮੇਰੇ 'ਤੇ ਵੱਡੀ ਜ਼ਿੰਮੇਵਾਰੀ ਆ ਪਈ। ਇਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰਨਾ ਹੈ, ਇਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਵੀ ਹੈ, ਇਹਨਾਂ ਦਾ ਮੈਂ ਸਮੇਂ ਅਨੁਸਾਰ ਵਿਆਹ ਸ਼ਾਦੀ ਵੀ ਕਰਨਾ ਯੋਗ ਵੇਖ ਕੇ। ਕਈ ਪਤਾ ਕੀ ਕਰਦੇ ਆ, ਕਿਸੇ ਲਾਲਚ ਵਿੱਚ ਆਪਣੇ ਬੱਚਿਆਂ ਨੂੰ ਇਹ ਜੇ ਧੱਕੇ ਦੇ ਦਿੰਦੇ ਆ ਸਾਰੀ ਜ਼ਿੰਦਗੀ ਨਰਕ ਬਣ ਜਾਂਦੀ। ਸਿਆਣੇ ਮਾਂ ਬਾਪ ਦਾ ਫਰਜ਼ ਹੁੰਦਾ ਯੋਗ ਲੜਕਾ ਲੜਕੀ ਵੇਖ ਕੇ ਉਹਨਾਂ ਦਾ ਵਿਆਹ ਸ਼ਾਦੀ ਕਰਨਾ। ਤੂੰ ਆਪਣੇ ਫਰਜ਼ ਨਿਭਾ, ਅੱਗੇ ਉਹਨਾਂ ਦੇ ਕਰਮ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਉਹਨਾਂ ਦਾ ਕਰਮ ਹੈ, ਉਹਨਾਂ ਨੇ ਕਿਸ ਤਰ੍ਹਾਂ ਦਾ ਪਿੱਛੇ ਕਰਮ ਕੀਤਾ ਹੈ, ਕੀ ਫਲ ਮਿਲਣਾ ਹੈ, ਉਹ ਆਪਣਾ ਕਰਮ ਭੋਗਣਗੇ। ਪਰ ਆਪਾਂ ਨੂੰ ਭਾਈ ਹਮੇਸ਼ਾ ਚੰਗਾ ਹੀ ਕਰਨਾ ਚਾਹੀਦਾ ਹੈ। ਇਸੇ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਜਦੋਂ ਮਾਂ ਬਾਪ ਬਣਿਆ ਉਦੋਂ ਵੀ ਭਾਈ ਖਿਆਲ ਕਰ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਗਿਆਨ ਦੇਣਾ, ਇਹਨਾਂ ਨੂੰ ਧਰਮ ਬਾਰੇ ਜੋੜਨਾ। ਬਾਬਾ ਫਰੀਦ ਜੀ ਦਾ ਇਤਿਹਾਸ ਪੜ੍ਹ ਲਓ, ਗੁਰਮੁਖ ਪਿਆਰਿਓ ਜੋੜਨ ਵਾਲੀ ਮਾਂ ਸੀ। ਭਗਤ ਧਰੂੰ ਦਾ ਇਤਿਹਾਸ ਪੜ੍ਹ ਲਓ, ਜੋੜਨ ਵਾਲੀ ਮਾਂ ਸੀ। ਭਗਤ ਪ੍ਰਹਿਲਾਦ ਦਾ ਇਤਿਹਾਸ ਪੜ੍ਹ ਲਓ, ਉਹਦਾ ਪਿਓ ਤਾਂ ਸੀ ਹਰਨਾਕਸ਼, ਰਾਕਸ਼ ਬੁੱਧੀ, ਧਰਮ ਨਹੀਂ ਸੀ ਕਰਦਾ, ਰੱਬ ਨੂੰ ਨਹੀਂ ਸੀ ਮੰਨਦਾ। ਪਰ ਜਦੋਂ ਪ੍ਰਹਿਲਾਦ ਦਾ ਜਨਮ ਹੋਇਆ, ਜ਼ਿਆਦਾਤਰ ਸਮਾਂ ਪ੍ਰਹਿਲਾਦ ਦੀ ਮਾਤਾ ਕਿਆਧੂ ਨੇ ਸੰਗਤ ਕੀਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਰਦ ਮੁਨੀ ਦੇ ਆਸ਼ਰਮ ਵਿੱਚ ਨਾਰਾਇਣ ਨਰਾਇਣ ਸੁਣਦੀ ਰਹਿੰਦੀ ਤਾਂ ਜਾ ਕੇ ਭਗਤ ਪੁੱਤ ਪੈਦਾ ਹੋਇਆ ਹੈ। ਖਾਸ ਕਰਕੇ ਮਾਈਆਂ ਨੂੰ ਅੱਜ ਬੇਨਤੀ ਕਰਨੀ ਹੈ, ਕਿਉਂਕਿ ਸਮਾਗਮ ਵੀ ਆਪਣਾ ਇੱਦਾਂ ਦਾ ਹੈ। ਦੁੱਖ ਸੁੱਖ ਤਾਂ ਕਰਮਾਂ ਦਾ ਫਲ ਹੈ, ਪਰ ਜਿੰਨਾ ਚਿਰ ਸਵਾਸ ਚੱਲਦੇ ਹੈ ਆਪਣੇ ਵੱਲੋਂ ਚੰਗਾ ਕਰੋ ਭਾਈ। ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜਨ ਦਾ ਯਤਨ ਕਰੋ, ਆਪਣਾ ਫਰਜ਼ ਨਿਭਾਓ। ਅੱਗੇ ਕਰਮ ਉਹਨਾਂ ਦੇ ਆ ਜਿਹੜੇ ਮਾਂ ਬਾਪ ਦਾ ਕਿਹਾ ਮੰਨਣਗੇ, ਉਹ ਵੀ ਚੰਗਾ। ਇਹ ਵੀ ਨਾ ਹੋਵੇ ਕਈ ਵੀ ਬੱਚੇ ਆਖੇ ਨਹੀਂ ਲੱਗਦੇ, ਹੁਣ ਆਖੇ ਤਾਂ ਪ੍ਰਹਿਲਾਦ ਵੀ ਨਹੀਂ ਲੱਗਿਆ। ਪ੍ਰਹਿਲਾਦ ਦਾ ਪਿਤਾ ਕਹਿੰਦਾ ਸੀ ਵੀ ਇੱਥੇ ਰੱਬ ਦਾ ਨਾਂ ਨਹੀਂ ਜਪਣਾ, ਜੋ ਕੁਛ ਆ ਮੈਂ ਹਾਂ। ਪਰ ਪ੍ਰਹਿਲਾਦ ਕਹਿੰਦਾ ਨਹੀਂ ਬਾਪੂ, ਤੇਰਾ ਰਸਤਾ ਗਲਤ ਹੈ, ਮੈਂ ਤੇਰੀ ਨਹੀਂ ਮੰਨਣੀ,
ਮੈਂ ਤਾਂ ਪਰਮਾਤਮਾ ਦਾ ਭਜਨ ਕਰਨਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਸਤਿਕਾਰ ਕਿਹਦਾ ਹੋਇਆ? ਭਾਈ ਪ੍ਰਹਿਲਾਦ ਭਗਤ ਦਾ ਹੋਇਆ। ਸੋ ਮਾਂ ਬਾਪ ਵੀ ਇਸ ਗੱਲ ਵੱਲ ਖਿਆਲ ਕਰਨ, ਆਪਾਂ ਵੀ ਉਹੇ ਜੇ ਕਰਮ ਨਾ ਕਰੀਏ ਜਿਹਦੇ ਕਰਕੇ ਪਛਤਾਉਣਾ ਪੈ ਜੇ, ਆਪਣਾ ਜੀਵਨ ਵੀ ਸੁਧਾਰੋ। ਕਈ ਬੱਚੇ ਪੜ੍ਹ ਜਾਂਦੇ ਹੈ, ਸਿਆਣੇ ਆ, ਉਹਨਾਂ ਨੂੰ ਪਤਾ ਵੀ ਵਿੱਦਿਆ ਪੜ੍ਹੀ ਹੈ, ਨਸ਼ੇ ਮਾੜੇ ਨੇ। ਬਾਪੂ ਕਹਿੰਦਾ ਵੀ ਜਿੰਨਾ ਚਿਰ ਦੀਆ ਨਹੀਂ ਲਿਆ ਕੇ ਦਿੰਦਾ ਮੈਂ ਰੋਟੀ ਨਹੀਂ ਖਾਂਦਾ, ਫਿਰ ਉਹ ਵੀ ਕੰਮ ਗਲਤ ਹੁੰਦਾ ਗੁਰਮੁਖੋ। ਇਹ ਨਸ਼ੇ ਹੈ ਨਾ ਜਿਹੜੇ, ਇਹ ਤਾਂ ਨਾਸ ਹੈ ਸਾਡੀ ਜ਼ਿੰਦਗੀ ਦਾ, ਸਾਡੀ ਸੁਰਤ ਦਾ, ਮਤ ਦਾ। ਇਹਦੇ ਨਾਲ ਸਮਾਜ ਨੂੰ ਦਾਗ ਲੱਗਦਾ, ਮਨ ਵਿਕਾਰੀ ਹੁੰਦਾ। ਇਹਨਾਂ ਤੋਂ ਬਚ ਕੇ ਰਹਿਣਾ, ਆਪੋ ਆਪਣੇ ਫਰਜ਼ ਪਛਾਣੋ, ਮਾਂ ਬਾਪ ਦੀ ਸੇਵਾ ਸੰਭਾਲ ਵੀ ਕਰ, ਆਪਣੇ ਪਰਿਵਾਰ ਦਾ ਵੀ ਖਿਆਲ ਰੱਖ, ਆਪਣੇ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦੇ। ਮਹਾਰਾਜ ਕਹਿੰਦੇ ਮਾਤਾ ਮਤ ਪਿਤਾ ਸੰਤੋਖ, ਗੁਰਬਾਣੀ ਵਿੱਚ ਲਿਖਿਆ। ਕਹਿੰਦੇ ਬੱਚਿਆਂ ਨੂੰ ਜਿਹੜੀ ਮਤ ਦੇਣੀ ਹੈ ਨਾ, ਉਹ ਮਾਂ ਨੇ ਦੇਣੀ ਹੈ, ਤੇ ਪਿਤਾ ਦੇ ਕੋਲੋਂ ਸਿੱਖਣਾ ਹੁੰਦਾ ਸਬਰ ਸੰਤੋਖ। ਆਖੋ ਸਤਨਾਮ। ਉਹ ਬੱਚੇ ਤਾਂ ਸਿੱਖਣਗੇ ਜੇ ਪਹਿਲਾਂ ਮਾਪਿਆਂ ਕੋਲੇ ਗਿਆਨ ਹੋਊਗਾ। ਸੋ ਇਹ ਵੀ ਇੱਕ ਧਰਮ ਹੈ ਭਾਈ, ਭਜਨ ਕਰਨਾ, ਆਪਣੇ ਫਰਜ਼ਾਂ ਨੂੰ ਪਛਾਣਨਾ। ਇਸੇ ਕਰਕੇ ਮਹਾਰਾਜ ਸਾਨੂੰ ਕਹਿੰਦੇ ਨੇ ਪਿਆਰਿਆ, ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਦਰਗਾਹ ਚ ਕੰਮ ਆਊਗੀ। ਕੋਈ ਬੀਜ ਲੈ ਧਰਮ ਵਾਲੀ ਕਿਆਰੀ, ਦਰਗਾਹ ਚ ਕੰਮ ਆਊਗੀ। ਕੋਈ ਬੀਜ ਲੈ ਕਮਾਲ ਮਨਾ ਮੇਰੇ ਆਏ, ਔਖੇ ਵੇਲੇ ਕੰਮ ਆਉਣਗੇ ਚੰਗੇ ਅਮਲ। ਅਮਲ ਕਮਾਲ ਮਨਾ ਮੇਰੇ ਆਏ, ਔਖੇ ਵੇਲੇ ਕੰਮ ਆਉਣਗੇ ਚੰਗੇ ਅਮਲ। ਅਮਲ ਕਮਾਲ ਮਨਾ ਮੇਰੇ ਆਏ, ਔਖੇ ਵੇਲੇ ਕੰਮ ਆਉਣਗੇ ਚੰਗੇ ਅਮਲ। ਅਮਲ ਕਮਾਲ ਮਨਾ ਮੇਰੇ ਆਏ, ਔਖੇ ਵੇਲੇ ਕੰਮ ਆਉਣਗੇ ਚੰਗੇ ਅਮਲ। ਅਮਲ ਕਮਾਲ ਮਨਾ ਮੇਰਿਆ, ਔਖੇ ਵੇਲੇ ਕੰਮ ਆਉਣਗੇ ਚੰਗੇ ਅਮਲ। ਚੰਗੀਆਂ ਗੱਲਾਂ ਤੇ ਅਮਲ ਕਰੀਏ। ਸ਼ੁਰੂ ਚ ਬੇਨਤੀ ਕੀਤੀ ਹੈ, ਮਾੜੀ ਮਤ ਦੇਣ ਵਾਲੇ ਵੀ ਬੜੇ ਨੇ, ਚੰਗੀ ਮਤ ਦੇਣ ਵਾਲੇ ਵੀ ਬੜੇ ਨੇ, ਪਰ ਧੰਨ ਬਾਬਾ ਫਰੀਦ ਜੀ ਕਹਿੰਦੇ, ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਹ ਆਏ ਕੰਮ। ਇਸ ਦੁਨੀਆਂ ਵਿੱਚ ਰਹਿੰਦਾ ਹੋਇਆ ਜਿਹੇ ਜੀ ਗੱਲ ਤੇ ਤੂੰ ਅਮਲ ਕਰੇਗਾ, ਉਹੇ ਜੇ ਤੇਰੇ ਚਾਲ ਚੱਲਣ, ਬੋਲ ਬਾਣੀ, ਵਿਚਾਰ ਹੋਣਗੇ, ਤੇ ਰੱਬ ਦੀ ਦਰਗਾਹ ਵਿੱਚ ਵੀ ਉਹਨਾਂ ਅਮਲਾਂ ਕਰਕੇ ਨਿਮੇੜਾ ਹੋਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਭਾਈ ਚੰਗੀਆਂ ਗੱਲਾਂ ਸੁਣੋ, ਚੰਗੀਆਂ ਵਿਚਾਰਾਂ ਨੂੰ ਹੀ ਆਪਣੇ ਹਿਰਦੇ 'ਚ ਵਸਾਓ। ਜੇ ਕੋਈ ਮਾੜੀ ਮਤ ਦੇਣ ਵਾਲਾ ਮਿਲ ਜੇ, ਉੱਥੋਂ ਪਾਸਾ ਕਰਨਾ। ਇੱਕ ਵਾਰੀ ਨਾ ਕਹਿੰਦੇ
ਕੇਲਾ ਸੀ ਕੇਲੇ ਦਾ ਰੁੱਖ, ਬਹੁਤ ਸੋਹਣਾ ਹਰਾ ਹਰਾ ਰੰਗ, ਬੜੇ ਸੋਹਣੇ ਲੰਬੇ ਪੱਤੇ, ਪਰ ਬਦਕਿਸਮਤੀ ਐਸੀ ਕਹਿੰਦੇ ਕੋਲੇ ਬੇਰੀ ਉੱਗਪੀ ਗੁਰਮੁਖੋ ਬੇਰੀ, ਤੇ ਦੋਵੇਂ ਵੱਡੇ ਹੋਏ। ਇੱਕ ਦਿਨ ਕੀ ਹੋਇਆ, ਹਵਾ ਚੱਲੀ, ਹੁਣ ਕੇਲੇ ਦੇ ਲੰਬੇ ਲੰਬੇ ਚੌੜੇ ਹਰੇ ਹਰੇ ਸੋਹਣੇ ਪੱਤੇ, ਜਦੋਂ ਕੇਲਾ ਮਸਤੀ ਵਿੱਚ ਆ ਕੇ ਝੂਮਣ ਲੱਗਿਆ, ਪੱਤੇ ਕਦੇ ਇੱਧਰ ਕਦੇ ਇੱਧਰ ਜਾਣ, ਕੋਲੇ ਸੀ ਬੇਰੀ, ਬੇਰੀ ਦੇ ਕੰਡੇ ਗੁਰਮੁਖੋ, ਉਹਨਾਂ ਕੰਡਿਆਂ ਨੇ ਇਹ ਨਹੀਂ ਸੋਚਿਆ ਵੀ ਸਾਡਾ ਗੁਆਂਢੀ ਹੈ ਜਾਂ ਕੁੱਠੇ ਜੰਮੇ ਪਲੇ ਆ। ਕਹਿੰਦੇ ਬੇਰੀ ਦੇ ਕੰਡਿਆਂ ਨੇ ਕੇਲੇ ਦੇ ਪੱਤਿਆਂ ਨੂੰ ਲੀਰ ਲੀਰ ਕਰਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਦੇਖਦੇ ਸੀ ਭਗਤ ਕਬੀਰ ਜੀ ਗੁਰਮੁਖੋ, ਉਹਨਾਂ ਨੇ ਫਿਰ ਉੱਥੋਂ ਹੀ ਬਚਨ ਲਿਖਤੇ, ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜਿਉਂ ਬੇਰ। ਕਹਿੰਦੇ ਆਹ ਦੇਖ ਲਓ ਮਾੜੀ ਸੰਗਤ ਦਾ ਨਤੀਜਾ ਆ ਹੈ, ਆਪਾਂ ਨੂੰ ਵੀ ਮਾਰ ਆਈ ਪੈਂਦੀ ਹੈ ਜਿਵੇਂ ਕੇਲੇ ਦੇ ਕੋਲੇ ਬੇਰੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਝੂਲਾ ਉਹ ਚੀਰੀ ਹੈ, ਕਹਿੰਦੇ ਹਵਾ ਵਿੱਚ ਆ ਕੇ ਕੇਲਾ ਤਾਂ ਲੱਗਿਆ ਝੂਮਣ, ਪਰ ਬੇਰੀ ਦੇ ਕੰਡਿਆਂ ਨੇ ਆਪਣਾ ਕੰਮ ਕੀਤਾ, ਚੀਰ ਤੇ ਪੱਤੇ ਗੁਰਮੁਖ ਲੀਰ ਲੀਰ ਕਰਤੇ। ਉਹ ਆਪਣਿਆਂ ਨੂੰ ਸਮਝਾਇਆ ਕਿ ਭਾਈ ਮਾੜੀ ਸੰਗਤ ਤੋਂ, ਮਾੜੇ ਬੰਦਿਆਂ ਤੋਂ, ਮਾੜੇ ਵਿਚਾਰਾਂ ਤੋਂ ਪਰੇ ਰਿਹਾ ਕਰ, ਨਹੀਂ ਤਾਂ ਤੈਨੂੰ ਵੀ ਲੀਰ ਲੀਰ ਕਰ ਦੇਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁੰਦਾ ਨਾ ਕਈ ਵਾਰੀ ਕੋਈ ਮਾੜੇ ਪਰਿਵਾਰ ਨਾਲ ਵਾਹ ਪੈ ਜੇ, ਮਾੜਾ ਕੋਈ ਰਿਸ਼ਤੇਦਾਰ ਟੱਕਰ ਜੇ, ਮਾੜਾ ਧੀ ਪੁੱਤ ਘਰ 'ਚ ਪੈਦਾ ਹੋ ਜੇ, ਕਈ ਵਾਰੀ ਜੁੜੇ ਜੜਾਏ ਪਰਿਵਾਰ ਟੁੱਟ ਜਾਂਦੇ ਆ। ਤੇ ਜੇ ਹੋਵੇ ਚੰਗਾ ਗੁਰਮੁਖੋ, ਉਹ ਫਿਰ ਤੋੜਦਾ ਨਹੀਂ, ਉਹ ਜੋੜਦਾ ਹੁੰਦਾ ਹੈ। ਤੇ ਇਸ ਸੰਸਾਰ ਦੇ ਵਿੱਚ ਜੇ ਸਤਿਕਾਰ ਹੋਇਆ, ਪੂਜਾ ਹੋਈ, ਤਾਂ ਜੋੜਨ ਵਾਲਿਆਂ ਦੀ ਹੋਈ ਹੈ, ਤੋੜਨ ਵਾਲਿਆਂ ਦੀ ਨਹੀਂ ਹੋਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਆਪਾਂ ਵੀ ਕੋਸ਼ਿਸ਼ ਕਰੀਏ, ਜੋੜਨ ਦਾ ਯਤਨ ਕਰੀਏ, ਤੋੜੀਏ ਨਾ ਗੁਰਮੁਖੋ। ਟੁੱਟਾ ਗਲਾਸ, ਟੁੱਟਾ ਕੱਚ ਨਹੀਂ ਸਿਆਣੇ ਬੰਦੇ ਘਰਾਂ 'ਚ ਰੱਖਦੇ, ਅਤੇ ਟੁੱਟੇ ਹੋਏ ਪਰਿਵਾਰ ਕਿਵੇਂ ਚੰਗੇ ਲੱਗਣਗੇ। ਟੁੱਟਿਆ ਹੋਇਆ ਬੰਦਾ ਜਿਹੜਾ ਗੁਰੂ ਨਾਲੋਂ ਟੁੱਟ ਗਿਆ, ਉਹ ਵੀ ਚੰਗਾ ਨਹੀਂ ਲੱਗਦਾ। ਸੋ ਆਪਾਂ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਨੇ, ਇਹਨਾਂ ਦੇ ਚਰਨਾਂ ਵਿੱਚ ਬੈਠੇ ਹਾਂ, ਇਹਨਾਂ ਦੀ ਗੁਰਬਾਣੀ ਨਾਲ ਜੁੜਨਾ, ਇਹਨਾਂ ਦੇ ਬਚਨਾਂ 'ਤੇ ਪਹਿਰਾ ਦੇਣਾ। ਲਓ ਮਾਈਆਂ ਦੇ ਬਾਰੇ ਵਿੱਚ ਸਤਿਗੁਰੂ ਜੀ ਨੇ ਕੀ ਦੱਸਿਆ ਹੈ। ਆਸਾ ਰਾਗ ਦੇ ਵਿੱਚ 371 ਅੰਗ 'ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੇ ਬਚਨ ਲਿਖੇ ਨੇ, ਆਸਾ ਮਹੱਲਾ ਪੰਜਵਾਂ। ਮਹੱਲੇ ਤੋਂ ਭਾਵ ਹੁੰਦਾ ਘਰ ਟਿਕਾਣਾ, ਜੋਤ ਗੁਰੂ ਨਾਨਕ ਦੀ ਹੋਈ ਹੈ, ਪਰ ਪੰਜਵਾਂ ਟਿਕਾਣਾ ਭਾਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਆਸਾ ਰਾਗ ਵਿੱਚੋਂ ਬਚਨ ਕਰਦੇ ਨੇ ਔਰਤ ਦੇ ਬਾਰੇ ਵਿੱਚ। ਬੀਬੀ ਉਹ ਬੇਨਤੀ ਧਿਆਨ ਨਾਲ ਸਮਝਿਓ, ਅਤੇ ਜੇ ਆਪਾਂ ਚਾਹੁੰਦੇ ਹਾਂ ਵੀ ਸਾਡਾ ਸਤਿਕਾਰ ਹੋਵੇ, ਤਾਂ ਆਹ ਕੁਛ ਗੁਣ ਨੇ।
ਜਿਹੜੇ ਇੱਕ ਔਰਤ ਵਿੱਚ ਹੋਣੇ ਜ਼ਰੂਰੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਫਿਟਕਾਰ ਨਹੀਂ ਪੈਂਦੀ, ਫਿਰ ਕੋਈ ਮਾਰੂਗਾ ਨਹੀਂ, ਫਿਰ ਕੋਈ ਮਾੜਾ ਨਹੀਂ ਕਹੂਗਾ, ਫਿਰ ਤਾਂ ਤੁਹਾਨੂੰ ਮੱਥੇ ਟਿਕਣਗੇ ਮੱਥੇ। ਉਹ ਗੁਣ ਕਿਹੜੇ ਨੇ? ਮਹਾਰਾਜ ਕਹਿੰਦੇ ਨੇ ਨਿਜ ਭਗਤੀ ਸੀਲਵੰਤੀ ਨਾਰ। ਸਭ ਤੋਂ ਪਹਿਲਾ ਗੁਣ ਹੈ ਕਹਿੰਦੇ ਆਪਣਾ ਆਪ ਸੰਭਾਲਣਾ, ਪਰਮਾਤਮਾ ਦੀ ਭਗਤੀ ਕਰਨੀ, ਭਜਨ ਜ਼ਰੂਰ ਕਰਨਾ। ਕਿਉਂਕਿ ਜਿਹੜਾ ਭਜਨ ਕਰਨਾ ਹੈ ਨਾ ਗੁਰਮੁਖੋ, ਇਹਦੇ ਨਾਲ ਸਾਡੀ ਆਤਮਾ ਬਲਵਾਨ ਹੁੰਦੀ ਹੈ, ਇਹਦੇ ਨਾਲ ਸਾਡੇ ਅੰਦਰੋਂ ਚੰਗੇ ਵਿਚਾਰ ਪੈਦਾ ਹੁੰਦੇ ਹੈ। ਦੇਖੋ ਹੁਣ ਭਗਤ ਰਵਿਦਾਸ ਜੀ ਦਾ ਜੀਵਨ ਪੜ੍ਹ ਲਓ, ਭਗਤ ਕਬੀਰ ਜੀ ਦਾ ਜੀਵਨ ਪੜ੍ਹ ਲਓ, ਭਗਤ ਸੈਨ ਜੀ ਦਾ ਪੜ੍ਹ ਲਓ, ਭਗਤ ਧੰਨਾ ਜੀ ਦਾ ਜੀਵਨ ਪੜ੍ਹ ਲਓ। ਇਹਨਾਂ ਨੂੰ ਕੋਈ ਬਾਹਰੀ ਵਿੱਦਿਆ ਬਹੁਤੀ ਨਹੀਂ ਸੀ ਪ੍ਰਾਪਤ ਹੋਈ। ਧਾਰਮਿਕ ਮੰਦਿਰਾਂ ਦੇ ਦਰਵਾਜ਼ੇ ਬੰਦ, ਕਿਹੜੇ ਸਕੂਲਾਂ ਕਾਲਜਾਂ ਵਿੱਚ ਪੜ੍ਹੇ ਸੀ, ਪਰ ਇਹਨਾਂ ਨੇ ਪਰਮੇਸ਼ਰ ਦਾ ਭਜਨ ਕੀਤਾ, ਅਕਾਲ ਪੁਰਖ 'ਤੇ ਭਰੋਸਾ ਰੱਖਿਆ, ਬਚਨ ਇਹੋ ਜਿਹੇ ਫਿਰ ਅੰਦਰੋਂ ਫੁੱਟੇ ਜਿਨ੍ਹਾਂ ਦੀ ਖੋਜ ਹਜੇ ਤੱਕ ਵੀ ਹੋ ਰਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਾਹੇ ਕੋਈ ਔਰਤ ਹੈ, ਚਾਹੇ ਕੋਈ ਮਰਦ ਹੈ, ਪਹਿਲੀ ਗੱਲ ਤਾਂ ਪਰਮਾਤਮਾ ਦਾ ਭਜਨ ਕਰਨਾ ਹੈ। ਸਿਮਰਨ ਕਰਨ ਦੇ ਨਾਲ ਸਾਡੀ ਯਾਦ ਸ਼ਕਤੀ ਵੱਧਦੀ ਹੈ। ਹੁਣ ਤਾਂ ਸਾਇੰਸਦਾਨ ਵਿਗਿਆਨੀ ਵੀ ਇਸ ਗੱਲ ਨੂੰ ਮੰਨਗੇ ਕਿ ਭਜਨ ਕਰਨ ਦੇ ਨਾਲ ਦਿਮਾਗ ਖੁੱਲ੍ਹਦਾ ਹੈ ਗੁਰਮੁਖੋ। ਵਾਈਬ੍ਰੇਸ਼ਨ ਨਾ ਤਰੰਗਾਂ ਇੱਦਾਂ ਦੀਆਂ ਹੁੰਦੀਆਂ, ਯਾਦ ਸ਼ਕਤੀ ਵੱਧਦੀ ਹੈ। ਗੁਰਬਾਣੀ ਪੜ੍ਹੋ ਜਾਂ ਸੁਣੋ ਅਤੇ ਇਕੱਲੇ ਬੈਠ ਕੇ ਕਿਤੇ ਅੰਤਰ ਧਿਆਨ ਹੋ ਕੇ ਪਰਮਾਤਮਾ ਦਾ ਭਜਨ ਜ਼ਰੂਰ ਕਰਨਾ। ਇੱਥੇ ਗੱਲ ਇੱਕ ਔਰਤ ਦੀ ਚੱਲ ਰਹੀ ਹੈ। ਸਤਿਗੁਰ ਕਹਿੰਦੇ ਨਿੱਜ ਭਗਤੀ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੰਭਾਲਣਾ, ਪਰਮਾਤਮਾ ਦੀ ਭਗਤੀ ਕਰਨੀ ਹੈ। ਸੀਲਵੰਤੀ ਨਾਰ, ਨਾਰ ਸਮਝਦੇ ਹੋ, ਨਾਰ ਤੋਂ ਭਾਵ ਹੈ ਇਸਤਰੀ, ਇੱਕ ਔਰਤ। ਕਹਿੰਦੇ ਉਹ ਸੀਲਵੰਤ ਹੋਣੀ ਚਾਹੀਦੀ ਹੈ। ਸੀਲਵੰਤ ਤੋਂ ਭਾਵ ਹੈ ਉਹਦਾ ਸੁਭਾਅ ਮਿੱਠਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਬੋਲੇ ਉਹ ਕੌੜੇ ਬਚਨ ਨਾ ਬੋਲੇ, ਰੁੱਖਤਪੁਣਾ ਨਹੀਂ ਹੋਣਾ ਚਾਹੀਦਾ। ਐਸਾ ਬੋਲ ਨਹੀਂ ਬੋਲਣਾ ਕਿ ਕਿਸੇ ਨੂੰ ਸੁਣਨ ਵਾਲੇ ਨੂੰ ਚੁਵੇ ਤੇਰਾ ਬੋਲ। ਕਈ ਵਾਰੀ ਕੀ ਹੁੰਦਾ, ਆਪਾਂ ਹੋਮੇ ਵਿੱਚ ਆ ਕੇ ਉੱਚੇ ਬੋਲ ਬੋਲ ਜਾਂਦੇ ਹਾਂ, ਜਿਵੇਂ ਦ੍ਰੋਪਦੀ ਦਾ ਜੀਵਨ ਪੜ੍ਹ ਲਿਓ। ਇਤਿਹਾਸ ਤਾਂ ਲੰਬਾ, ਪਰ ਇੱਥੇ ਸ਼ਬਦ ਦੀ ਵਿਚਾਰ ਹੈ, ਛੋਟੀ ਜਿਹੀ ਬੇਨਤੀ ਸਮਝ ਲਿਓ। ਪਾਂਡਵਾਂ ਨੇ ਕੀਤਾ ਸੀ ਭੰਡਾਰਾ ਘਰ ਦਾ, ਮਹੂਰਤ ਰੰਗ ਮਹਿਲ ਬਣਾਇਆ ਸੀ ਦਿੱਲੀ ਵਿੱਚ, ਅਤੇ ਜਦੋਂ ਮਹੂਰਤ ਕੀਤਾ ਉੱਥੇ ਸਾਰੇ ਆਏ, ਦੁਰਯੋਧਨ ਵਰਗੇ ਵੀ ਆਏ, ਅਤੇ ਘਰ ਇਹ ਜਿਹਾ ਬਣਾਇਆ ਸੀ ਜਿੱਥੇ ਤਾਂ ਕੰਧ ਸੀ ਉੱਥੇ ਗੇਟ ਦਿੰਦਾ ਸੀ, ਅਤੇ ਜਿੱਥੇ ਗੇਟ ਸੀ ਉੱਥੇ ਕੰਧ ਦਿਖਦੀ ਸੀ। ਜਦੋਂ ਦੁਰਯੋਧਨ ਆਇਆ ਨਾ, ਉਹਨੂੰ ਪਤਾ ਨਾ ਲੱਗਾ, ਪਹਿਲਾਂ ਤਾਂ ਮੱਥਾ ਉਹਨੇ ਕੰਧ 'ਚ ਮਾਰ ਲਿਆ, ਫਿਰ ਗਾਹਾਂ ਪਾਣੀ ਸੀ, ਪਾਣੀ ਦੇ ਉੱਤੇ ਰੰਗ ਇਹ ਜਿਹਾ ਕੀਤਾ ਸੀ ਦ੍ਰੋਪਤਾ ਨੇ, ਐਂ ਲੱਗਦਾ ਸੀ ਵੀ ਇਹ ਫੁੱਲਾਂ ਦੀ ਬਗੀਚੀ ਹੈ। ਉਹ ਆਇਆ ਸੀ ਲੇਟ ਪਿੱਛੋਂ, ਉਹਨੇ ਸੋਚਿਆ ਮੈਂ ਸਿੱਧਾ ਹੀ ਲੰਘ ਜਾਂ ਅਤੇ ਪਾਣੀ 'ਚ ਜਾ ਡਿੱਗਾ। ਅਤੇ ਦ੍ਰੋਪਦੀ ਉੱਚੇ ਖੜੀ ਸੀ ਮਹਿਲ ਦੇ ਉੱਤੇ, ਹੱਸੀ ਅਤੇ ਹੱਸਦੀ ਹੱਸਦੀ ਨੇ ਕਹਿਤਾ, ਕਹਿੰਦੀ ਅੰਨੇ ਦਾ ਅੰਨਾ ਹੀ ਰਹਿ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਉਹਨਾਂ ਦਾ ਪਿਤਾ ਸੀ ਅੰਨਾ, ਉਹਨੂੰ ਗਏ ਬੋਲ ਚੁਭ, ਹਾਲਾਂਕਿ ਹਾਸਾ ਸੀ, ਮਜ਼ਾਕ ਸੀ, ਪਰ ਬੋਲ ਇਹ ਜਿਹਾ ਬੋਲ ਬੈਠੀ। ਦੁਰਯੋਧਨ ਕਹਿੰਦਾ ਲੈ ਦ੍ਰੋਪਤਾ, ਤੂੰ ਮੈਨੂੰ ਇਹ ਜਿਹਾ ਬੋਲ ਬੋਲਿਆ
ਤੂੰ ਮੇਰੇ ਡਿੱਗਣ 'ਤੇ ਹੱਸੀ, ਉੱਤੋਂ ਮੇਰੇ ਪਿਓ ਤੱਕ ਪਹੁੰਚੀ, ਮੈਂ ਤੈਨੂੰ ਸਾਰੀ ਜ਼ਿੰਦਗੀ ਰੋਣ ਲਈ ਮਜਬੂਰ ਕਰ ਦੂੰ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕੀਤਾ ਉਹਨੇ ਬਿੰਗੀਆਂ ਟੇਢੀਆਂ ਚਾਲਾਂ ਚੱਲੀਆਂ, ਸਾਰੀ ਜ਼ਿੰਦਗੀ ਗੁਰਮੁਖੋ ਪੜ੍ਹ ਕੇ ਦੇਖ ਲਿਓ, ਦਰੋਪਤਾਂ ਦੀ ਜ਼ਿੰਦਗੀ ਬਸ ਰੋਣਿਆਂ ਧੋਣਿਆਂ 'ਚ ਹੀ ਲੰਘੀ ਗੁਰਮੁਖੋ। ਜੰਗਲਾਂ 'ਚ ਟਾਈਮ ਲੰਘਾਇਆ, ਉਹ ਵੀ ਲੁੱਕ ਛਿਪ ਕੇ, ਬੜੇ ਦੁੱਖ ਝੱਲਣੇ ਪਏ। ਕਈ ਵਾਰੀ ਜਦੋਂ ਕੋਈ ਬੀਬੀ ਵਿਆਹੀ ਜਾਂਦੀ ਹੈ ਨਾ, ਦੇਖੋ ਆਪਣੇ ਦੇਵਰਾਂ ਦੇ ਨਾਲ, ਜੇਠਾਂ ਨਾਲ ਜਾਂ ਮਜ਼ਾਕ ਚੱਲਦੇ ਰਹਿੰਦੇ ਹੈ ਸਮਾਜ ਦੇ ਵਿੱਚ, ਜਿਹੋ ਜਿਹੇ ਸਮਾਜ 'ਚ ਆਪਾਂ ਰਹਿੰਦੇ ਹਾਂ, ਪਰ ਉਦੋਂ ਵੀ ਕੋਸ਼ਿਸ਼ ਕਰਿਓ ਕੋਈ ਐਸਾ ਬੋਲ ਨਹੀਂ ਬੋਲਣਾ ਜਿਹੜਾ ਕਿਸੇ ਨੂੰ ਚੁੱਭ ਜੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲਾ ਗੁਣ ਨਿਜ ਭਗਤੀ ਸੀਲ ਬੰਤੀ ਨਾਰ। ਅੱਗੇ ਫਿਰ ਕਹਿੰਦੇ ਨੇ ਰੂਪ ਅਨੂਪ ਪੂਰੀ ਆਚਾਰ। ਕਹਿੰਦੇ ਸੁੰਦਰ ਰੰਗ ਰੂਪ ਵੀ ਹੋਣਾ, ਸੁੰਦਰ ਰੰਗ ਰੂਪ ਹੋਵੇ, ਅਨੂਪ ਕਹੀਏ ਉਪਮਾ ਵੀ ਹੋਵੇ। ਅਨੂਪ ਤੋਂ ਭਾਵ ਹੁੰਦਾ ਜਿਹੜਾ ਸਭ ਤੋਂ ਉੱਤਮ ਹੋਵੇ। ਇੱਦਾਂ ਦੇ ਕਰਮ ਕਰਨੇ ਆ ਜਿਹੜੇ ਸਾਰਿਆਂ ਨੂੰ ਚੰਗੇ ਲੱਗਣ। ਅਤੇ ਜਿਹੜਾ ਹੈ ਆਚਾਰ, ਇਹ ਗੁਰਮੁਖ ਪਿਆਰਿਓ ਹੁੰਦਾ ਆਚਰਣ, ਮਿਲ ਵਰਤਣ। ਮਾਪਿਆਂ ਦੇ ਘਰ ਵਿੱਚੋਂ ਭਾਵੇਂ ਸਹੁਰਿਆਂ ਦੇ ਘਰ ਵਿੱਚੋਂ ਆਪਣਾ ਮਿਲ ਵਰਤਣ, ਸੰਗਤ ਨਾਲ ਬੋਲ ਚਾਲ, ਪਰਿਵਾਰਾਂ ਨਾਲ ਬੋਲ ਚਾਲ ਹੈ ਜਿਹੜੀ, ਇਹ ਵੀ ਉੱਚੀ ਸੁੱਚੀ ਰੱਖਣੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵੀ ਨਹੀਂ ਵੀ ਗਲਤ ਬੰਦਿਆਂ ਨਾਲ ਮਿਲ ਕੇ ਆਪਾਂ ਗਲਤ ਹੋ ਜਾਈਏ। ਆਪਣਾ ਜੀਵਨ ਉੱਚਾ ਸੁੱਚਾ ਰੱਖਣਾ, ਰੂਪ ਅਨੂਪ ਪੂਰੀ ਆਚਾਰ। ਮਹਾਰਾਜ ਕਹਿੰਦੇ ਐਸੀ ਇਸਤਰੀ ਜਿਹੜੇ ਵੀ ਘਰ ਵਿੱਚ ਆਊਗੀ, ਉਹਦੇ ਬਾਰੇ ਲਿਖਿਆ ਜਿੱਤ ਗ੍ਰਹਿ ਵਸ ਹੈ ਸੋ ਗ੍ਰਹਿ ਸੋਭਾਵੰਤਾ। ਆ ਜਿਹੜੇ ਗੁਣ ਦੱਸੇ ਆ ਨਾ ਸ਼ਬਦ ਵਿੱਚ, ਇਹ ਜਿਸ ਔਰਤ ਵਿੱਚ ਹੋਣਗੇ, ਉਹ ਔਰਤ ਜਿਸ ਘਰ ਵਿੱਚ ਵੀ ਜਾਊਗੀ, ਉਹ ਘਰ ਭਾਈ ਸੋਭਾ ਵਾਲੇ ਹੋ ਜਾਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਣ ਸ਼ਬਦ ਵਿੱਚ ਜਿਹੜੇ ਚੱਲਦੇ ਆ ਨਾ, ਧਿਆਨ ਨਾਲ ਸਮਝਿਓ, ਉਹ ਗੁਣ ਜੇ ਨਹੀਂ ਹੈਗੇ ਤਾਂ ਆਪਣੇ 'ਚ ਪੈਦਾ ਕਰੋ, ਗੁਰੂ ਮਹਾਰਾਜ ਦੇ ਲੜ ਲੱਗੋ, ਤਾਂ ਕਿ ਫਿਰ ਕਹਿ ਸਕੀਏ ਅਸੀਂ ਸੌਖੇ ਵੱਸਦੇ ਹਾਂ ਜਦੋਂ ਦੇ ਗੁਰ ਚਰਨਾਂ ਨਾਲ ਜੁੜ ਗਏ। ਅਸੀਂ ਸੌਖੇ ਵੱਸਦੇ ਹਾਂ ਜਦੋਂ ਦੇ ਗੁਰ ਚਰਨਾਂ ਨਾਲ ਜੁੜ ਗਏ। ਸੌਖੇ ਵੱਸਦੇ ਹਾਂ ਜਦੋਂ ਦੇ ਗੁਰ ਚਰਨਾਂ ਨਾਲ ਜੁੜ ਗਏ। ਅਸੀਂ ਸੌਖੇ ਵੱਸਦੇ ਹਾਂ ਗੁਰੂ ਚਰਨਾਂ ਨਾਲ ਜੁੜ ਗਏ। ਸੌਖੇ ਵੱਸਦੇ ਹਾਂ ਜਦੋਂ ਦੇ ਗੁਰ ਚਰਨਾਂ ਨਾਲ ਜੁੜ ਗਏ। ਅਸੀਂ ਸੌਖੇ ਵੱਸਦੇ ਹਾਂ ਜਦੋਂ ਦੇ ਗੁਰ ਚਰਨਾਂ ਨਾਲ ਜੁੜ ਗਏ। ਅਸੀਂ ਸੌਖੇ ਵੱਸਦੇ ਹਾਂ ਜਦੋਂ ਦੇ ਗੁਰ ਚਰਨਾਂ ਨਾਲ ਜੁੜ ਗਏ। ਅਸੀਂ ਸੌਖੇ ਵੱਸਦੇ ਹਾਂ ਜਦੋਂ ਦੇ ਗੁਰ ਚਰਨਾਂ ਨਾਲ ਜੁੜ ਗਏ। ਅਸੀਂ ਸੌਖੇ ਵੱਸਦੇ ਹਾਂ ਜਦੋਂ ਦੇ ਗੁਰ ਚਰਨਾਂ ਨਾਲ ਜੁੜ ਗਏ। ਅਸੀਂ ਸੌਖੇ ਵੱਸਦੇ ਹਾਂ ਗੁਰੂ ਗੁਰ ਚਰਨਾਂ ਨਾਲ ਜੁੜ ਗਏ। ਅਸੀਂ ਸੌਖੇ ਵੱਸਦੇ ਹਾਂ ਜਦੋਂ ਦੇ ਗੁਰ ਚਰਨਾਂ ਨਾਲ ਜੁੜ ਗਏ। ਅਸੀਂ ਸੌਖੇ ਵੱਸਦੇ ਹਾਂ ਜਦੋਂ ਦੇ ਗੁਰ ਚਰਨਾਂ ਨਾਲ ਜੁੜ ਗਏ। ਇਹ ਮਾਣ ਨਾਲ ਕਹੀਏ ਵੀ ਅਸੀਂ ਸੌਖੇ ਵੱਸਦੇ ਹਾਂ ਜਦੋਂ ਦੇ ਗੁਰੂ ਚਰਨਾਂ ਨਾਲ ਜੁੜੇ। ਜੁੜਨ ਦਾ ਫਾਇਦਾ ਕੀ ਹੈ? ਆ ਗੁਣ ਧਾਰਨ ਕਰੋ। ਮਹਾਰਾਜ ਕਹਿੰਦੇ ਜਿੱਤ ਗ੍ਰਹਿ ਵਸ ਹੈ
ਸੋ ਗ੍ਰਹਿ ਸੋਭਾਵੰਤਾ ਇਹ ਜੇ ਗੁਣਾਂ ਵਾਲੀ ਬੀਬੀ ਇਸਤਰੀ ਔਰਤ ਜਿਸ ਘਰ ਵਿੱਚ ਆਊਗੀ ਉਹ ਘਰ ਮਾਣ ਤਾਣ ਸਤਿਕਾਰ ਖੱਟੂਗਾ ਸੋਭਾ ਵਧੂਗੀ। ਗੁਰਮੁਖ ਪਾਈ ਕਿਨਾ ਬਿਰਲਾ ਜਨਤਾ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਕਿਸੇ ਬਿਰਲੇ ਜੀਵ ਨੇ ਇੱਦਾਂ ਦੇ ਗੁਣ ਪ੍ਰਾਪਤ ਕੀਤੇ ਹੁੰਦੇ ਹੈ। ਗੁਰਮੁਖ ਪਾਈ ਕਿਨਾ ਬਿਰਲਾ ਜਨਤਾ ਹੁਣ ਗੁਣ ਅੱਗੇ ਦੱਸਦੇ ਨੇ ਇਹੋ ਜਿਹੇ ਗੁਣਾਂ ਵਾਲੀ ਪਤਨੀ ਕਿਸੇ ਚੰਗੇ ਪੁਰਸ਼ ਨੂੰ ਪ੍ਰਾਪਤ ਹੁੰਦੀ ਹੈ। ਸੋ ਕਰਨੀ ਕਾਮਣ ਗੁਰ ਮਿਲ ਹਮ ਪਾਈ ਕਹਿੰਦੇ ਸ੍ਰੇਸ਼ਟ ਕਰਨੀ ਹੋਵੇ ਕੋਈ ਵੀ ਕਾਰਜ ਕਰਨਾ ਉਹਦੇ ਵਿੱਚ ਗਲਤੀ ਨਹੀਂ ਕਰਨੀ ਮਿਸਟੇਕ ਨਹੀਂ ਕਰਨੀ। ਕਾਮਣ ਤੋਂ ਭਾਵ ਹੈ ਇਸਤਰੀ ਕਹਿੰਦੇ ਪਰਮਾਤਮਾ ਦੀ ਮਿਹਰ ਹੋਵੇ ਸ਼ੁਭ ਗੁਣਾਂ ਵਾਲੀ ਸੋ ਕਰਨੀ ਇਸਤਰੀ ਫਿਰ ਪ੍ਰਾਪਤ ਹੁੰਦੀ ਹੈ। ਸੋ ਕਰਨੀ ਕਾਮਣ ਗੁਰਮਿਲ ਪਾਈ ਜੱਜ ਕਾਜ ਪ੍ਰਥਾਏ ਸੁਹਾਈ ਸਤਿਗੁਰੂ ਕਹਿੰਦੇ ਸੰਸਾਰ ਦੇ ਵਿੱਚ ਸਾਡੇ ਵਿਆਹ ਦੇ ਕਾਰਜ ਵਿੱਚ ਹਰ ਥਾਂ 'ਤੇ ਪਰਮਾਤਮਾ ਦਾ ਆਸਰਾ ਤੱਕਣਾ ਜੱਜ ਕਾਜ ਪ੍ਰਥਾਏ ਸੁਹਾਈ ਪਰਮਾਤਮਾ ਦੇ ਕੋਲੋਂ ਮੰਗੋ ਮਾਲਕਾ ਸੁਮਤ ਬਖਸ਼ ਚੰਗੇ ਗੁਣ ਆਉਣ। ਅੱਗੇ ਕਹਿੰਦੇ ਨੇ ਜਿਚਰ ਵਸੀ ਪਿਤਾ ਕੈ ਸਾਥ ਜਿੰਨਾ ਚਿਰ ਪਿਤਾ ਦੇ ਘਰ ਵਿੱਚ ਬਾਬਲ ਦੇ ਘਰ ਵਿੱਚ ਰਹਿਣਾ ਉਦੋਂ ਵੀ ਖਿਆਲ ਰੱਖਣਾ ਮੇਰੇ ਮਾਂ ਬਾਪ ਦੀ ਇੱਜ਼ਤ ਨੂੰ ਦਾਗ ਨਾ ਲੱਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਚਰ ਵਸੀ ਪਿਤਾ ਕੈ ਸਾਸ ਉਹਨਾਂ ਚਿਰ ਹੁਣ ਮਾਪਿਆਂ ਦੇ ਘਰ ਹੁੰਦੀ ਹੈ ਪਰ ਜਦੋਂ ਵਿਆਹੀ ਜਾਂਦੀ ਹੈ ਉਦੋਂ ਫਿਰ ਗੁਰਮੁਖ ਪਿਆਰਿਓ ਆਪਣੇ ਕੰਤ ਦੇ ਆਪਣੇ ਪਤੀ ਦੇ ਨਾਲ ਪੂਰਾ ਸਾਥ ਦੇਣਾ। ਜਿਚਰ ਵਸੀ ਪਿਤਾ ਕੈ ਸਾਥ ਤਿਚਰ ਕੰਤ ਬਹੁ ਫਿਰੈ ਹੈ ਉਦਾਸ ਜਿਹਦੇ ਨਾਲ ਵਿਆਹੀ ਜਾਣੀ ਹੈ ਔਰਤ ਵਿਆਹ ਤੋਂ ਪਹਿਲਾਂ ਤਾਂ ਪਤੀ ਨੂੰ ਵੀ ਪਤਾ ਨਹੀਂ ਹੁੰਦਾ ਕਿੱਦਾਂ ਘਰ ਵਸਾਉਣਾ ਕੀ ਕਰਨਾ ਉਹਨਾਂ ਚਿਰ ਕੰਤ ਵੀ ਉਦਾਸ ਨਿੰਮੋ ਝੂਣਾ ਜ਼ਿੰਦਗੀ ਬਿਤਾਉਂਦਾ ਪਰ ਜਦੋਂ ਵਿਆਹ ਹੋ ਜਾਂਦਾ ਹੈ ਉਦੋਂ ਫਿਰ ਸਿਆਣੀਆਂ ਬੀਬੀਆਂ ਨੂੰ ਪਤਾ ਹੁੰਦਾ ਹੈ ਇਸ ਘਰ ਨੂੰ ਅਸੀਂ ਕਿਵੇਂ ਸੰਭਾਲਣਾ। ਬੰਦੇ ਕਮਾਈ ਕਰ ਸਕਦੇ ਨੇ ਪੈਸਾ ਕਮਾ ਸਕਦੇ ਹੈ ਲਿਆ ਸਕਦੇ ਨੇ ਪਰ ਘਰ ਬੰਨਣਾ ਭਾਈ ਇਹ ਸਿਆਣੀਆਂ ਮਾਈਆਂ ਦੇ ਹਿੱਸੇ ਆਉਂਦਾ ਹੈ। ਇਹ ਮੈਂ ਇਕੱਲਾ ਨਹੀਂ ਕਹਿੰਦਾ ਸਾਰੀ ਦੁਨੀਆ ਦਾ ਮੰਨਣਾ ਹੈ। ਉਹ ਘਰ ਤਰੱਕੀਆਂ ਕਰਦੇ ਨੇ ਜਿਨ੍ਹਾਂ ਘਰਾਂ ਵਿੱਚ ਸਿਆਣੀਆਂ ਔਰਤਾਂ ਹੋਣ ਅਤੇ ਘਰ ਬੰਨਣ ਵਾਸਤੇ ਬਹੁਤ ਕੁਛ ਸਹਿਣਾ ਪੈਂਦਾ ਹੈ ਅਤੇ ਬੜਾ ਸੋਚ ਸਮਝ ਕੇ ਕਹਿਣਾ ਪੈਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਰ ਸੇਵਾ ਸਤਪੁਰਖ ਮਨਾਇਆ ਜਦੋਂ ਵਿਆਹੀ ਜਾਂਦੀ ਹੈ ਨਾ ਬੀਬੀ ਕਹਿੰਦੇ ਫਿਰ ਉਦੋਂ ਆਪਣੇ ਪਤੀ ਦੀ ਸੇਵਾ ਕਰਨੀ ਤਨ ਮਨ ਧਨ ਦੇ ਨਾਲ ਆਪਣਾ ਜੀਵਨ ਉਹਨੂੰ ਅਰਪਿਤ ਕਰਨਾ ਆਪਣੇ ਪਤੀ ਨੂੰ ਖੁਸ਼ ਰੱਖਣਾ। ਕਰ ਸੇਵਾ ਸਤਪੁਰਖ ਮਨਾਇਆ ਗੁਰ ਆਣੀ ਘਰ ਮਹਿ ਤਾਂ ਸੁੱਖ ਪਾਇਆ ਕਹਿੰਦੇ ਜਦੋਂ ਗੁਰੂ ਨੇ ਸੁਮਤ ਬਖਸ਼ੀ ਹੋਵੇ ਚੰਗੇ ਵਿਚਾਰ ਹੋਣ ਤਾਂ ਹੀ ਘਰ ਵਿੱਚ ਸੁੱਖ ਆਨੰਦ ਰਹਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਲਕ ਦਾ ਆਸਰਾ ਵੀ ਤੱਕ ਕੇ ਚੱਲਣਾ ਭਾਈ ਕਹਿੰਦੇ ਨੇ ਬੱਤੀ ਹੀ ਸੁਲੱਖਣੀ ਸੱਚ ਸੰਤਤ ਪੂਤ ਬੱਤੀ ਗੁਣ ਨੇ। ਦੂਜਾ ਭਾਵ ਇਹ ਵੀ ਲੈ ਲਓ ਬੱਤੀ ਦੰਦ ਵੀ ਨੇ ਜਦੋਂ ਮੂੰਹ ਦੇ ਵਿੱਚੋਂ ਕੋਈ ਬੋਲ ਬੋਲਣਾ ਹੈ ਨਾ ਉਹ ਸੱਚਾ ਹੀ ਬੋਲਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜ਼ਿਆਦਾਤਰ ਕਲੇਸ਼ ਸਾਡੀ ਬੋਲਬਾਣੀ ਕਰਕੇ ਪੈਂਦੇ ਹੈ। ਇਹ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਚੱਲਦੀ ਹੈ। ਦੇਖੋ ਜੋ ਆਪਾਂ ਬੋਲਾਂਗੇ
ਉਹ ਸੁਣਨ ਵਾਲੇ 'ਤੇ ਵੀ ਅਸਰ ਪੈਂਦਾ। ਚੰਗਾ ਬੋਲਾਂਗੇ ਅਗਲਾ ਖੁਸ਼ ਹੋਊ, ਮਾੜਾ ਬੋਲਾਂਗੇ ਅਗਲਾ ਦੁਖੀ ਹੋਊਗਾ। ਜੇ ਘਰਾਂ ਵਿੱਚ ਬੱਚੇ ਵੀ ਨੇ, ਜਿਹੇ ਜੇ ਬੋਲ ਆਪਾਂ ਬੋਲਾਂਗੇ, ਬੱਚੇ ਵੀ ਉੱਦਾਂ ਦੀ ਬੋਲਬਾਣੀ ਸਿੱਖਦੇ ਆ। ਅੰਗਰੇਜ਼ਾਂ ਦੇ ਬੱਚੇ ਦੇਖ ਲਓ, ਆਪੇ ਹੀ ਅੰਗਰੇਜ਼ੀ ਬੋਲਣ ਲੱਗ ਜਾਂਦੇ ਆ, ਕਿਉਂ ਘਰ 'ਚ ਮਾਹੌਲ ਹੀ ਉੱਦਾਂ ਦਾ। ਅਤੇ ਆਪਾਂ ਪੰਜਾਬ ਵਿੱਚ ਬੈਠੇ ਹਾਂ, ਪੰਜਾਬੀ ਬੋਲਾਂਗੇ, ਬੱਚੇ ਪੰਜਾਬੀ ਬੋਲਣ ਲੱਗ ਜਾਣਗੇ। ਜੇ 10 ਕੁ ਦਿਨ ਆਪਾਂ ਵੀ ਬਿਹਾਰ ਦੇ ਭਈਆਂ ਨਾਲ ਲਾ ਲਈਏ, ਮੱਲੋ ਮੱਲੀ ਹਿੰਦੀ ਜ਼ੁਬਾਨ 'ਤੇ ਚੜ੍ਹ ਜਾਂਦੀ ਹੈ, ਕਿਉਂ ਜੋ ਸੁਣਦੇ ਵੇਖਦੇ ਹਾਂ ਉਹੇ ਜਿਹਾ ਅਸਰ ਹੁੰਦਾ ਹੈ। ਇੱਥੇ ਸਤਿਗੁਰੂ ਕਹਿੰਦੇ ਨੇ, ਬੱਤੀ ਹੀ ਸੁਲੱਖਣੀ ਸੱਚ ਸੰਤਤ ਪੂਤ। ਕਹਿੰਦੇ 32 ਗੁਣ ਨੇ, ਲੱਜਾ ਹੋਵੇ, ਨਿਮਰਤਾ ਹੋਵੇ, ਦਇਆ ਵੀ ਹੋਵੇ ਅਤੇ ਪਿਆਰ ਵੀ ਹੋਵੇ। ਇਹੀ ਸਿੱਖਿਆ ਆਪਣੇ ਪੁੱਤਰਾਂ ਨੂੰ ਦੇਣੀ ਹੈ, ਆਪਣੀਆਂ ਧੀਆਂ ਨੂੰ ਦੇਣੀ ਹੈ। ਪੁੱਤ ਹੈ ਚਾਹੇ ਧੀ ਹੈ, ਜਿਹੜੇ ਵੀ ਬੀਬੀ ਦੇ ਕੁੱਖੋਂ ਬੱਚਾ ਪੈਦਾ ਹੁੰਦਾ ਹੈ ਉਹਦੇ ਵਾਸਤੇ ਇਹ ਗੁਣ ਹੈ, ਬੱਚੇ ਨੂੰ ਪਿਆਰ ਵੀ ਕਰੇ ਅਤੇ ਜੇ ਬੱਚਾ ਗਲਤੀ ਕਰਦਾ ਹੈ ਫਿਰ ਚਪੇੜ ਮਾਰਨ ਲੱਗੀ ਵੀ ਢਿੱਲ ਨਾ ਕਰੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਹੀਂ ਕਹਿੰਦੇ ਵੀ ਮਾਰੀ ਚੱਲੋ, ਪਿਆਰ ਵੀ ਕਰੋ, ਲਾਡ ਵੀ ਲਡਾਓ, ਪਰ ਜਦੋਂ ਬੱਚਾ ਗਲਤੀ ਕਰਦਾ ਨਾ ਉਦੋਂ ਫਿਰ ਘੂਰਨ ਲੱਗਿਆ, ਚਪੇੜ ਮਾਰਨ ਲੱਗਿਆ ਵੀ ਢਿੱਲ ਨਹੀਂ ਕਰਨੀ। ਆਪਣਾ ਬਗਾਨਾ ਨਹੀਂ ਵੇਖੀਦਾ ਗੁਰਮੁਖੋ। ਇੱਥੇ ਮਹਾਰਾਜ ਕਹਿੰਦੇ ਨੇ, ਬੱਤ ਹੀ ਸੁਲੱਖਣੀ ਸੱਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ। ਕਹਿੰਦੇ ਸਿਆਣੀ ਔਰਤ ਉਹ ਹੈ ਜਿਹੜੀ ਆਪਣੇ ਘਰ ਪਰਿਵਾਰ ਦੀ ਆਗਿਆ ਵਿੱਚ ਚੱਲੇ, ਸੁਗੜ ਸਰੂਪ ਹੋਵੇ, ਸਿਆਣੀ ਹੋਵੇ। ਬੱਚਿਆਂ ਨੂੰ ਵੀ ਚੰਗੀ ਤਲੀਮ ਦੇਣੀ ਹੈ। ਦੇਖੋ ਪਿਆਰਿਓ, ਬੱਚੇ ਬਹੁਤਾ ਪੜ੍ਹਾਇਆਂ ਤੋਂ ਜਾਂ ਸਿਖਾਇਆਂ ਤੋਂ ਨਹੀਂ ਸਿੱਖਦੇ। ਜੋ ਚੀਜ਼ ਦੇਖਦੇ ਆ, ਜੋ ਸੁਣਦੇ ਆ, ਉਹਦਾ ਅਸਰ ਵੱਧ ਹੁੰਦਾ। ਜੇ ਚਾਹੁੰਦੇ ਹਾਂ ਕਿ ਸਾਡੇ ਘਰ ਪਰਿਵਾਰ ਸੁਖੀ ਰਹਿਣ, ਬੱਚੇ ਚੰਗੇ ਹੋਣ, ਤਾਂ ਪਹਿਲਾਂ ਘਰ ਦਾ ਆਪਣਾ ਮਾਹੌਲ ਚੰਗਾ ਬਣਾਈਏ, ਬੋਲਬਾਣੀ ਸ਼ੁੱਧ ਰੱਖੋ, ਕਰਮ ਚੰਗੇ ਕਰੋ। ਮਹਾਰਾਜ ਕਹਿੰਦੇ ਨੇ, ਆਗਿਆਕਾਰੀ ਸੁਗੜ ਸਰੂਪ, ਆਗਿਆਕਾਰੀ ਰਹਿਣਾ, ਆਪਣਾ ਆਚਰਣ ਉੱਚਾ ਸੁੱਚਾ। ਅੱਗੇ ਕਹਿੰਦੇ ਨੇ, ਇੱਛ ਪੂਰੇ ਮਨ ਕੰਤ ਸੁਆਮੀ। ਜਦੋਂ ਮਾਲਕ ਨੂੰ ਵਿਆਹੀ ਗਈ ਨਾ ਪਤੀ ਨੂੰ ਪਤਨੀ, ਉਦੋਂ ਕਹਿੰਦੇ ਫਿਰ ਪਤੀ ਦੀ ਆਗਿਆ ਵਿੱਚ ਚੱਲਣਾ, ਉਹਦੀ ਹਰੇਕ ਇੱਛਾ ਨੂੰ ਪੂਰਾ ਕਰਨਾ। ਹੁਣ ਇੱਥੇ ਕਈ ਭਾਈ ਖੁਸ਼ ਹੁੰਦੇ ਹੋਣਗੇ ਵੀ ਬਾਬੇ ਸਾਡੀ ਪੱਖ ਦੀ ਗੱਲ ਕਰਦੇ ਹੈ, ਥੋੜ੍ਹਾ ਜਿਹਾ ਖਿਆਲ ਮਰਦਾਂ ਨੇ ਵੀ ਕਰਨਾ। ਗੁਰਮੁਖ, ਉਹ ਜੇ ਕਰਮ ਵੀ ਨਾ ਕਰੋ ਜਿਹਦੇ ਕਰਕੇ ਘਰ ਦੇ ਤੁਹਾਡੇ ਤੋਂ ਮੁੱਖ ਮੋੜ ਨਾ ਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਭੁੱਲ ਨਾ ਜਾਵਾਂ ਇੱਥੇ ਬੇਨਤੀ ਕਰਦਿਆਂ, ਕਈ ਮਾਈਆਂ ਚੰਗੀਆਂ ਹੁੰਦੀਆਂ ਪਰ ਮਾਲਕ ਗਲਤ ਹੁੰਦੇ ਆ। ਰੋਜ਼ ਵੇਖਦੇ ਹੋ ਨਾ, ਖਾਸ ਕਰਕੇ ਪੰਜਾਬ ਵਿੱਚ ਨਸ਼ਾ ਕਰਕੇ ਗਾਲਾਂ ਕੱਢਦੇ ਘਰ ਆਉਂਦੇ ਆ ਕਈ, ਅਤੇ ਕਈ ਪਰਿਵਾਰਾਂ ਦਾ ਤਾਂ ਹਾਲ ਇਹ ਜਿਹਾ ਦੇਖਿਆ ਹੈ, ਬੱਚੇ ਅਤੇ ਘਰ ਵਾਲੀ ਇਹ ਸੋਚਦੇ ਆ ਵੀ ਜੇ ਅੱਜ ਇਹ ਰੂੜੀ 'ਤੇ ਹੀ ਬਾਹਰ ਰਾਤ ਕੱਟ ਲਏ ਤਾਂ ਠੀਕ ਹੈ, ਡਿੱਗ ਕੇ ਕਿਤੇ ਜੇ ਘਰ ਆ ਗਿਆ ਤਾਂ ਇਹਨੇ ਕਲੇਸ਼ ਹੀ ਕਰਨਾ। ਉਹ ਜੇ ਕੰਮ ਭਾਈ ਆਪਾਂ ਵੀ ਨਹੀਂ ਕਰਨੇ। ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ, ਮਾੜੇ ਕਰਮਾਂ ਤੋਂ ਆਪਾਂ ਵੀ ਬਚਣਾ। ਪਰ ਗੱਲ ਇੱਥੇ ਗੁਰਬਾਣੀ ਦਾ ਸ਼ਬਦ ਬੀਬੀਆਂ ਬਾਰੇ ਹੈ, ਕਹਿੰਦੇ ਆਪਣੇ ਕੰਤ ਦੀ, ਆਪਣੇ ਪਤੀ ਦੀ ਹਰ ਇੱਛਾ ਪੂਰੀ ਕਰਨੀ, ਇੱਛ ਪੂਰੇ ਮਨ ਕੰਤ ਸੁਆਮੀ। ਪਰ ਜੇ ਹੁਣ ਮਾਲਕ ਦੀ ਆਗਿਆ ਵਿੱਚ ਰਹਿੰਦੀ ਹੈ,
ਉਹਦੇ ਨਾਲ ਨਾਲ ਸਤਿਗੁਰ ਕਹਿੰਦੇ ਸਗਲ ਸੰਤੋਖੀ ਦੇਰ ਜਠਾਣੀ, ਕਹਿੰਦੇ ਸਬਰ ਸੰਤੋਖ ਰੱਖਣਾ। ਠੀਕ ਹੈ ਵਿਆਹ ਇੱਕ ਨਾਲ ਹੋਇਆ ਹੈ, ਪਰ ਜਿਹੜੇ ਉਹਦੇ ਭੈਣ ਭਾਈ ਨੇ ਨਾ, ਭਾਵ ਵਿਆਹੀ ਹੋਈ ਬੀਬੀ ਦੇ ਦਿਓਰ ਨੇ, ਜੇਠ ਹੈ, ਜਠਾਣੀਆਂ ਨੇ, ਉਹਨਾਂ ਨਾਲ ਵੀ ਮਿੱਠ ਬੋਲੜੇ ਸੁਭਾਅ ਨਾਲ ਵਰਤਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਹੀਂ ਵੀ ਮੈਂ ਕਿਸੇ ਤੋਂ ਕੀ ਲੈਣਾ, ਹੁਣ ਮੇਰਾ ਮਾਲਕ ਇੱਕ ਹੈ, ਉਹਨੂੰ ਖੁਸ਼ ਰੱਖੋ, ਬਾਕੀਆਂ ਨੂੰ ਮਾਰੋ ਧੱਕੇ, ਫੇਰ ਵੀ ਗੁਰਮੁਖੋ ਤੁਹਾਡਾ ਸਤਿਕਾਰ ਨਹੀਂ ਹੋਣਾ, ਨਹੀਂ ਪੈਣੀ ਕਦਰ। ਇਹ ਸਤਿਗੁਰੂ ਸਮਝਾ ਰਹੇ ਨੇ, ਕਹਿੰਦੇ ਦਿਓਰਾਂ ਜੇਠਾਂ ਨਾਲ ਵੀ ਬਣਾ ਕੇ ਰੱਖ, ਆਪਣੀਆਂ ਆਸਾਮਾਂ ਤ੍ਰਿਸ਼ਨਾ ਨੂੰ ਵੀ ਕਾਬੂ ਵਿੱਚ ਰੱਖ, ਉਹਨਾਂ ਵਿੱਚ ਬਹਿ, ਚੰਗੀ ਰਹਿ, ਬਚਨ ਬਿਲਾਸ ਕਰ। ਪਰ ਜੇ ਕੋਈ ਮੰਦਬੁੱਧੀ ਨਜ਼ਰ ਨਾਲ ਦੇਖਦਾ, ਉਦੋਂ ਫਿਰ ਪਾਸਾ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਹਿਣਾ ਪਰਿਵਾਰ ਦੇ ਵਿੱਚ ਹੀ ਹੈ, ਇਹ ਨਹੀਂ ਵੀ ਪਰਿਵਾਰ ਟੁੱਟ ਜੇ ਗੁਰਮੁਖੋਂ, ਪਰ ਇਸ ਤਰ੍ਹਾਂ ਦਾ ਸੁਭਾਅ ਹੋਵੇ। ਕਹਿੰਦੇ ਸਭ ਪਰਿਵਾਰ ਹੈ ਮਾਹੇ ਸ੍ਰੇਸ਼ਟ, ਕਹਿੰਦੇ ਮਿੱਠ ਬੋਲੜਾ ਸੁਭਾਅ, ਨਿਮਰਤਾ, ਸੇਵਾ, ਦਇਆ, ਦਾਨ ਪੁੰਨ ਕਰਕੇ ਇਹੋ ਜਿਹਾ ਜੀਵਨ ਬਣਾਈ, ਦੇਖਣ ਵਾਲੇ ਕਹਿਣ ਵੀ ਸਾਰੇ ਪਰਿਵਾਰ ਵਿੱਚੋਂ ਚੰਗੀ ਸ੍ਰੇਸ਼ਟ ਤਾਂ ਆਹੀ ਹੈ। ਇੱਦਾਂ ਦਾ ਸੰਸਾਰ ਵਿੱਚ ਵੀ ਰਹਿਣਾ, ਆਪਣਾ ਵੀ ਮਾਲਕ ਸਾਰਿਆਂ ਦਾ ਪਤੀ ਪਰਮਾਤਮਾ ਹੈ। ਆਪਾਂ ਸਾਰੇ ਇਸਤਰੀ ਰੂਪ ਹਾਂ, ਸੰਸਾਰ ਇੱਕ ਪਰਿਵਾਰ ਹੈ ਸਾਡਾ, ਇਹਨੂੰ ਵੀ ਤੋੜੀਏ ਨਾ। ਇਹਦੇ ਵਿੱਚ ਚੰਗੇ ਵੀ ਮਿਲਦੇ ਨੇ, ਮਾੜੇ ਵੀ ਮਿਲਦੇ ਨੇ, ਅਤੇ ਮਾੜਿਆਂ ਨਾਲ ਮਿਲ ਕੇ ਮਾੜੇ ਨਹੀਂ ਹੋਣਾ। ਚੰਗੇ ਕਰਮ ਕਰੋ, ਨਾਮ ਜਪੋ, ਦਇਆ ਕਰੋ, ਭਜਨ ਕਰੋ, ਸੇਵਾ ਕਰੋ। ਜੇ ਤੁਹਾਡੇ ਵਿੱਚ ਕੋਈ ਗੁਣ ਹੈਗਾ ਚੰਗਾ, ਉਹ ਦੂਜਿਆਂ ਨੂੰ ਵੀ ਸਿਖਾਓ, ਤਾਂ ਕਿ ਸੰਸਾਰ ਵਿੱਚ ਹੋਰ ਵੀ ਅੱਗੇ ਗੁਣਾਂ ਦਾ ਵਾਧਾ ਹੋਵੇ। ਇਸ ਤਰ੍ਹਾਂ ਜਿਹੜੇ ਚੰਗੇ ਕਰਮ ਕਰਨਗੇ, ਉਹਨਾਂ ਨੂੰ ਵੀ ਫਿਰ ਸੰਸਾਰ ਦੇ ਵਿੱਚ ਉੱਚੇ ਸੁੱਚੇ ਚੰਗੇ ਮੰਨਿਆ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਸਭ ਪਰਿਵਾਰ ਹੈ ਮਾਹੇ ਸ੍ਰੇਸ਼ਟ, ਮਤੀ ਦੇਵੀ ਦੇਵਰ ਜੇਸ਼ਟ। ਜੇ ਔਰਤ ਘਰ ਵਿੱਚ ਵਿਆਹੀ ਹੈ, ਉਹਦੀ ਮਤ ਉੱਚੀ ਸੁੱਚੀ ਹੋਵੇ, ਜਿਹੜੇ ਲਫਜ਼ ਵਰਤਣੇ ਹੈ, ਚਾਹੇ ਕੋਈ ਦੇਵਰ ਹੈ, ਚਾਹੇ ਕੋਈ ਜੇਠ ਹੈ, ਜਠਾਣੀ ਹੈ, ਚਾਹੇ ਦਰਾਣੀ ਹੈ, ਉਹਦੇ ਨਾਲ ਵੀ ਇਸ ਤਰ੍ਹਾਂ ਵਰਤੋ, ਤਾਂ ਕਿ ਪਰਿਵਾਰ ਨਾ ਟੁੱਟੇ ਅਤੇ ਸਾਡਾ ਬੋਲਿਆ ਹੋਇਆ ਬੋਲ ਕਿਸੇ ਨੂੰ ਚੁਭੇ ਨਾ। ਗੁਰਮੁਖ ਪਿਆਰੇ, ਧਨ ਸੋ ਗ੍ਰਹਿ ਜਿੱਤ ਪ੍ਰਗਟੀ ਆਏ, ਇਹ ਜਿਹੜੇ ਗੁਣ ਸ਼ਬਦ ਵਿੱਚ ਦੱਸੇ ਹੈ ਨਾ, ਜਿਹੜੇ ਇਹ ਗੁਣਾਂ ਵਾਲੀਆਂ ਬੀਬੀਆਂ ਜਿਸ ਘਰ ਵਿੱਚ ਆਉਣਗੀਆਂ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਘਰ ਵੀ ਧਨ ਹੈ। ਉਹ ਘਰ ਗ੍ਰਹਿ ਘਰ ਧਨਤਾ ਦੇ ਯੋਗ ਹੈ। ਜਿਸ ਘਰ ਵਿੱਚ ਐਸੀ ਇੱਕ ਸੁੰਦਰ ਇਸਤਰੀ ਆ ਜਾਏ, ਜਨ ਨਾਨਕ ਸੁਖੇ ਸੁਖ ਵਿਹਾਏ। ਆਹ ਜਿੰਨੇ ਗੁਣ ਸ਼ਬਦ ਵਿੱਚ ਆਪਾਂ ਪੜ੍ਹੇ ਹੈ, ਵਿਚਾਰ ਕੀਤੀ ਹੈ, ਇਹ ਗੁਣਾਂ ਵਾਲੀ ਬੀਬੀ ਜਿਸ ਘਰ ਵਿੱਚ ਆਜੂਗੀ, ਕਹਿੰਦੇ ਉਹ ਘਰ ਵਿੱਚ ਤਾਂ ਸਦਾ ਹੀ ਖੁਸ਼ੀਆਂ ਰਹਿੰਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਥੇ ਤਾਂ ਸਦਾ ਹੀ ਸੁੱਖ ਵਰਤਦਾ। ਸੋ ਇਹ ਗੁਣ ਸੁਣੇ ਨੇ ਸ਼ਬਦ ਵਿੱਚ, ਜੇ ਕੁਛ ਯਾਦ ਰਹਿ ਜੂ ਤਾਂ ਭਾਈ ਇਹ ਗੁਣ ਜ਼ਰੂਰ ਪੱਲੇ ਬੰਨਿਓ। ਇਹਨਾਂ ਗੱਲਾਂ 'ਤੇ ਅਮਲ ਕਰਨਾ, ਫਿਰ ਸਾਡੀ ਕਦਰ ਪਊਗੀ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗ ਹੈ ਆਏ ਕੰਮ। ਆਪਾਂ ਇੱਥੇ ਸਦਾ ਨਹੀਂ ਬੈਠ ਰਹਿਣਾ। ਸਾਢੇ ਤ੍ਰੈ ਮਨ ਦੇਖੋ ਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ,
ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ ਚੌਂ ਜਣੇ ਆਂਦਾ ਕੰਨ, ਕੰਨ ਕਹੀਏ ਮੋਢਾ, ਕਹਿੰਦੇ ਵੇਖੋ ਬੰਦਾ ਚੱਲਿਆ ਚੌਂ ਜਣੇ ਆਂਦਾ ਕੰਨ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗ ਹੈ ਆਏ ਕੰਮ। ਕਹਿੰਦੇ ਜਿਹੜੇ ਅਮਲ ਕਰੇਗਾ ਨਾ ਤੂੰ, ਇਹ ਮਰਜ਼ੀ ਤੇਰੀ ਆ, ਚੰਗੀਆਂ ਗੱਲਾਂ 'ਤੇ ਵੀ ਕਰ ਸਕਦਾ, ਮਾੜੀਆਂ 'ਤੇ ਵੀ ਕਰ ਸਕਦਾ, ਇਹੀ ਦਰਗਾਹ ਦੇ ਵਿੱਚ ਕੰਮ ਆਉਣਗੇ। ਆਖੋ ਸਤਨਾਮ ਵਾਹਿਗੁਰੂ। ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਜਾਤ ਕਿਸੇ ਨਹੀਂ ਪੁੱਛਣੀ। ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਜਾਤ ਕਿਸੇ ਨਹੀਂ ਪੁੱਛਣੀ। ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਜਾਤ ਕਿਸੇ ਨਹੀਂ ਪੁੱਛਣੀ। ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਜਾਤ ਕਿਸੇ ਨਹੀਂ ਪੁੱਛਣੀ। ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਜਾਤ ਕਿਸੇ ਨਹੀਂ ਪੁੱਛਣੀ। ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਜਾਤ ਕਿਸੇ ਨਹੀਂ ਪੁੱਛਣੀ। ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਜਾਤ ਕਿਸੇ ਨਹੀਂ ਪੁੱਛਣੀ। ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਜਾਤ ਕਿਸੇ ਨਹੀਂ ਪੁੱਛਣੀ। ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਜਾਤ ਕਿਸੇ ਨਹੀਂ ਪੁੱਛਣੀ। ਉੱਥੇ ਕਿਸੇ ਨੇ ਜਾਤ ਗੋਤ ਨਹੀਂ ਪੁੱਛਣਾ, ਅਮਲਾਂ ਦੇ ਨਵੇੜੇ ਹੁੰਦੇ ਹੈ। ਸੋ ਕਿੱਦਾਂ ਦਾ ਜੀਵਨ ਆਪਾਂ ਬਣਾਉਣਾ ਭਾਈ, ਜੇ ਚਾਹੁੰਦੇ ਹਾਂ ਨਾ ਸਤਿਕਾਰ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਗੁਰੂ ਨਾਲ ਜੁੜੋ, ਇੱਥੋਂ ਉੱਚੀ ਸੁੱਚੀ ਮਤ ਮਿਲਣੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਆਓ ਗੁਰ ਇਤਿਹਾਸ ਵਿੱਚੋਂ ਵੀ ਮੈਂ ਆਪ ਜੀ ਦੇ ਨਾਲ ਇੱਕ ਕਥਾ ਸਾਂਝੀ ਕਰਾਂ, ਕਿਸ ਤਰ੍ਹਾਂ ਮਾਣ ਤਾਨ ਮਿਲਦਾ ਇਤਿਹਾਸ ਸਾਂਝਾ ਕਰਨਾ ਹੈ। ਧੰਨ ਧੰਨ ਮਾਤਾ ਸੁਲੱਖਣੀ ਜੀ ਦਾ। ਸੁਲੱਖਣੀਆਂ ਇਤਿਹਾਸ ਵਿੱਚ ਦੋ ਆਈਆਂ ਗੁਰਮੁਖ। ਪਹਿਲੀ ਸੁਲੱਖਣੀ ਸਿੱਖ ਇਤਿਹਾਸ ਵਿੱਚ ਸਤਿਕਾਰਯੋਗ ਸ਼ਖਸੀਅਤ, ਜਿਹੜੀ ਗੁਰੂ ਨਾਨਕ ਦੇ ਮਹਾਰਾਜ ਦੀ ਧਰਮ ਸੁਪਤਨੀ, ਅਤੇ ਦੂਜੀ ਮਾਤਾ ਸੁਲੱਖਣੀ ਉਹ ਵੀ ਹੈ ਜਿਹੜੀ ਚੱਬੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੀ ਰਹਿਣ ਵਾਲੀ ਸੀ। ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ 'ਤੇ ਆ ਕੇ ਮੰਗਿਆ ਸੀ, ਮਹਾਰਾਜ ਮੈਨੂੰ ਪੁੱਤਰ ਦੀ ਦਾਤ ਚਾਹੀਦੀ। ਛੇਵੇਂ ਪਾਤਸ਼ਾਹ ਨੇ ਕਿਹਾ ਸੀ, ਬੀਬਾ ਤੇਰੇ ਭਾਗਾਂ 'ਚ ਹੈ ਨਹੀਂ ਔਲਾਦ, ਪਰ ਉਹਨੇ ਬੇਨਤੀ ਕੀਤੀ, ਸਤਿਗੁਰੂ ਭਾਗਾਂ ਬਾਰੇ ਮੈਨੂੰ ਤਾਂ ਨਹੀਂ ਪਤਾ, ਮੈਂ ਤਾਂ ਸੁਣਿਆ ਜਿਹੜਾ ਗੁਰੂ ਨਾਨਕ ਦੇ ਦਰ ਆਇਆ ਉਹ ਖਾਲੀ ਨਹੀਂ ਮੁੜਦਾ। ਆਖੋ ਸਤਨਾਮ। ਇਹ ਤਾਂ ਹੁਣ ਤੁਸੀਂ ਜਾਣਦੇ ਹੋ ਭਾਗਾਂ 'ਚ ਹੈ ਜਾਂ ਨਹੀਂ, ਪਰ ਮੇਰੀ ਤਾਂ ਇਹੀ ਬੇਨਤੀ ਹੈ, ਤੁਸੀਂ ਉਹ ਨਿਰੰਕਾਰ ਦਾ ਰੂਪ, ਜੋਤ ਤੁਹਾਡੀ ਗੁਰੂ ਨਾਨਕ ਦੇ ਮਹਾਰਾਜ ਵਾਲੀ, ਪਹਿਲਾਂ ਵੀ ਤੁਸੀਂ ਹੀ ਕਿਰਪਾ ਕਰਨੀ ਸੀ, ਜੇ ਪਹਿਲਾਂ ਭਾਗਾਂ 'ਚ ਨਹੀਂ ਲਿਖਿਆ ਤਾਂ ਹੁਣ ਲਿਖ ਦਿਓ। ਮਹਾਰਾਜ ਕਹਿੰਦੇ ਚੰਗਾ, ਲਿਆ ਕਾਗਜ਼ ਕਲਮ ਦਵਾਤ।
ਉੱਥੇ ਇਤਿਹਾਸ ਤੁਸੀਂ ਸੁਣਦੇ ਰਹਿੰਦੇ ਹੋ, ਕਹਿੰਦੇ ਇੱਕ ਪੁੱਤਰ ਮੰਗਿਆ ਸੀ, ਜਦੋਂ ਸਤਿਗੁਰੂ ਏਕਾ ਪਾਉਣ ਲੱਗੇ ਤੇ ਸਾਤਾ ਪੈ ਗਿਆ, ਸੱਤ ਪੁੱਤਰਾਂ ਦੀਆਂ ਦਾਤਾਂ ਉਹਨੂੰ ਮਿਲੀਆਂ, ਆਖੋ ਸਤਨਾਮ। ਉਹ ਵੀ ਸੁਲੱਖਣੀ ਸਤਿਕਾਰਯੋਗ ਹੈ। ਪਰ ਅੱਜ ਜਿਹੜਾ ਜ਼ਿਕਰ ਕਰਨਾ ਮਾਤਾ ਸੁਲੱਖਣੀ, ਇਹ ਗੁਰਮੁਖ ਪਿਆਰਿਓ ਭਾਈ ਮੂਲ ਚੰਦ ਦੀ ਸਪੁੱਤਰੀ ਤੇ ਚੰਦੋ ਰਾਣੀ ਦੀ ਕੁੱਖੋਂ ਇਹਨੇ ਜਨਮ ਲਿਆ। ਪੱਖੋ ਕੇ ਰੰਧਾਵੇ ਡਿਊਟੀ ਕਰਦੇ ਹੁੰਦੇ ਭਾਈ ਮੂਲ ਚੰਦ ਚੌਣੇ ਗੋਤ ਵਿੱਚੋਂ, ਤੇ ਮੂਲ ਚੰਦ ਦੇ ਘਰ ਵਾਲੀ ਚੰਦੋ ਰਾਣੀ ਉਹਦਾ ਨਾਂ ਸੀ। ਪਰਿਵਾਰਕ ਜ਼ਿੰਦਗੀ ਜਿਉਂਦੇ ਨੇ ਤੇ ਮਾਲ ਮਹਿਕਮੇ ਦੇ ਵਿੱਚ ਇਹ ਵੀ ਪਟਵਾਰੀ ਸਨ। ਗੁਰਮੁਖ ਸਮਾਂ ਪਾ ਕੇ 1473 ਈਸਵੀ ਦੇ ਵਿੱਚ ਚੰਦੋ ਰਾਣੀ ਦੀ ਕੁੱਖੋਂ ਸੁਲੱਖਣੀ ਜੀ ਦਾ ਜਨਮ ਹੋਇਆ। ਗੁਰਮੁਖ ਇਹਨਾਂ ਦਾ ਸੰਬੰਧ ਗੁਰੂ ਨਾਨਕ ਨਾਲ ਜੁੜਿਆ। ਗੁਰੂ ਨਾਨਕ ਦੇ ਮਹਾਰਾਜ ਜੀ ਅਵਤਾਰ ਧਾਰਦੇ ਆ 1469 ਦੇ ਵਿੱਚ, ਤੇ ਜਿਹੜੀ ਇਹਨਾਂ ਦੀ ਧਰਮ ਸੁਪਤਨੀ ਮਾਤਾ ਸੁਲੱਖਣੀ ਉਹਦਾ 1473 ਈਸਵੀ ਵਿੱਚ ਜਨਮ ਹੋਇਆ, ਭਾਵ 4 ਸਾਲ ਦਾ ਫਰਕ ਸੀ ਉਮਰ ਵਿੱਚ। ਹੁਣ ਮਾਂ ਬਾਪ ਨੇ ਆਪਣੀ ਧੀ ਨੂੰ ਬੜੇ ਪਿਆਰ ਨਾਲ ਪਾਲਿਆ, ਚੰਗੇ ਗੁਣ ਸਿਖਾਏ, ਕਿਉਂਕਿ ਪਟਵਾਰੀ ਹੋਣ ਕਰਕੇ ਅਫਸਰਾਂ ਦੇ ਨਾਲ ਵੀ ਮੂਲ ਚੰਦ ਦੀ ਬਹਿਣੀ ਉੱਠਣੀ, ਤੇ ਦੁਨੀਆਂ ਦੇ ਲੋਕ ਵੀ ਆਉਂਦੇ, ਸਾਡਾ ਆਹ ਕਾਰਜ ਹੈ ਆਹ ਕਾਰਜ ਹੈ ਘਰ ਵਿੱਚ ਵੀ। ਹੁਣ ਤਾਂ ਮਾਹੌਲ ਹੋਰ ਹੋ ਗਏ ਗੁਰਮੁਖੋ, ਅੱਗੇ ਪਰਿਵਾਰਕ ਰਿਲੇਸ਼ਨ ਚੰਗੇ ਹੁੰਦੇ ਸੀ ਸੰਬੰਧ ਪਰਿਵਾਰਾਂ ਦੇ। ਦੁਨੀਆਂ ਆਉਂਦੀ ਜਾਂਦੀ ਤੇ ਮਾਤਾ ਸੁਲੱਖਣੀ ਨੇ ਆਪਣੀ ਮਾਂ ਦੇ ਕੋਲੋਂ ਚੰਦੋ ਰਾਣੀ ਦੇ ਕੋਲੋਂ ਚੰਗੇ ਗੁਣ ਸਿੱਖੇ ਵੀ। ਇੱਕ ਔਰਤ ਵਿੱਚ ਗੁਣ ਕੀ ਹੋਣੇ ਚਾਹੀਦੇ, ਆ ਜਿਹੜੀ ਸ਼ਬਦ ਦੀ ਵਿਚਾਰ ਆਪਾਂ ਪਹਿਲਾਂ ਕੀਤੀ ਹੈ ਨਾ, ਇਹ ਮਾਤਾ ਸੁਲੱਖਣੀ ਵਿੱਚ ਸਾਰੇ ਹੀ ਗੁਣ ਸੀ। ਆਖੋ ਸਤਨਾਮ। ਸਮਾਂ ਪਾ ਕੇ ਵੱਡੀ ਹੋ ਗਈ ਮਾਤਾ ਸੁਲੱਖਣੀ, ਤੇ ਗੁਰਮੁਖ ਪਿਆਰਿਓ ਪਿਤਾ ਨੇ ਭਾਲ ਕੀਤੀ ਕੋਈ ਚੰਗਾ ਲੜਕਾ ਵੇਖੀਏ, ਤੇ ਇੱਧਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੁਲਤਾਨਪੁਰ ਲੋਧੀ ਨਵਾਬ ਦੌਲਤ ਖਾਨ ਦੇ ਡਿਊਟੀ ਕਰਦੇ ਹੁੰਦੇ, ਤੇ ਗੁਰੂ ਨਾਨਕ ਦੇ ਜੀਜਾ ਜੀ ਭਾਈ ਜੈ ਰਾਮ ਇਹ ਵੀ ਸਰਕਾਰੀ ਨੌਕਰੀ ਤੇ ਸਨ, ਆਉਂਦੇ ਜਾਂਦੇ ਇਹ ਮਿਲਦੇ ਹੁੰਦੇ ਮੂਲ ਚੰਦਰ ਜੀ ਨੂੰ, ਕਿਉਂਕਿ ਜੈ ਰਾਮ ਦੀ ਡਿਊਟੀ ਸੀ ਬਾਕੀ ਥਾਵਾਂ 'ਤੇ ਜਾਣਾ, ਸਰਕਾਰੀ ਹਿਸਾਬ ਕਿਤਾਬ ਚੈੱਕ ਕਰਨਾ, ਵਾਧਾ ਘਾਟਾ ਦੱਸਣਾ ਆ ਕੇ ਨਵਾਬ ਦੌਲਤ ਖਾਨ ਨੂੰ। ਇਹਨਾਂ ਨੇ ਕਿਤੇ ਗੱਲ ਕਰ ਲਈ ਮੂਲ ਚੰਦ ਜੀ ਨੇ ਕਿ ਸਾਡੀ ਧੀ ਸੁਲੱਖਣੀ ਹੈ ਜਵਾਨ, ਅਸੀਂ ਉਹਦੇ ਵਾਸਤੇ ਰਿਸ਼ਤਾ ਲੱਭਦੇ ਹਾਂ, ਅਤੇ ਭਾਈ ਜੈ ਰਾਮ ਜੀ ਨੇ ਕਹਿਤਾ ਕਿ ਮੇਰਾ ਰਿਸ਼ਤੇਦਾਰ ਹੈ, ਰਿਸ਼ਤੇਦਾਰੀ ਵਿੱਚੋਂ ਮੇਰਾ ਸਾਲ ਹੈ, ਨਾਮ ਹੈ ਨਾਨਕ, ਬੜਾ ਇਮਾਨਦਾਰ ਹੈ, ਪੜ੍ਹਿਆ ਲਿਖਿਆ ਸਿਆਣਾ, ਕਈ ਭਾਸ਼ਾਵਾਂ ਦਾ ਜਾਣੂ ਹੈ, ਅਤੇ ਹੁਣ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਉਹਦੀ ਡਿਊਟੀ ਹੈ, ਰਸਤਾ ਬਸਤਾ ਜਿਣਸ ਇਹ ਉਹਦੇ ਰਾਹੀਂ ਹੋ ਕੇ ਜਾਂਦੀ ਹੈ, ਅਤੇ ਹਿਸਾਬ ਕਿਤਾਬ ਦਾ ਇੰਨਾ ਪੱਕਾ ਹੈ, ਕਈ ਵਾਰੀ ਚੈਕਿੰਗ ਹੋ ਗਈ ਪਰ ਉਹਦੇ ਕੰਮ ਵਿੱਚ ਘਾਟਾ ਨਹੀਂ ਆਇਆ। ਆਖੋ ਸਤਨਾਮ। ਹੁਣ ਰਿਸ਼ਤੇਦਾਰ ਇਹ ਵੀ ਕਹਿ ਲਓ, ਮਾਂ ਪਿਓ ਵੀ ਅਤੇ ਨਵਾਬ ਦੌਲਤ ਖਾਂ ਵੀ, ਉਹ ਤਾਂ ਗੁਰੂ ਨਾਨਕ ਦੇ ਮਹਾਰਾਜ ਨੂੰ ਸਮਝਦੇ ਸੀ ਆਮ ਇਨਸਾਨ, ਪਰ ਪਰਿਵਾਰ ਵਿੱਚੋਂ ਇੱਕੋ ਹੀ ਅੱਖ ਸੀ ਭੈਣ ਨਾਨਕੀ ਦੀ, ਜਿਹਨੇ ਪਛਾਣਿਆ ਸੀ ਮੇਰਾ ਵੀਰ ਰੱਬ ਦਾ ਰੂਪ ਹੈ।
ਬਾਕੀ ਤਾਂ ਆਮ ਇਨਸਾਨ ਸਮਝਦੇ ਸੀ, ਹਿਸਾਬ ਕਿਤਾਬ ਚੈੱਕ ਕਰਦੇ ਵੀ ਘਾਟਾ ਪਊਗਾ, ਪਰ ਘਾਟਾ ਕਾਹਦਾ ਪੈਣਾ ਸੀ? ਗੁਰਮੁਖੋ ਲਓ ਪਾੜੀ ਲਿਓ, ਜਿੱਥੇ ਆਪ ਵਾਹਿਗੁਰੂ ਹੋਵੇ ਉੱਥੇ ਘਾਟਾ ਕਿਹੜੀ ਗੱਲ ਦਾ, ਜਿੱਥੇ ਆਪ ਵਾਹਿਗੁਰੂ ਹੋਵੇ ਉੱਥੇ ਘਾਟਾ ਕਿਹੜੀ ਗੱਲ ਦਾ, ਆਪ ਵਾਹਿਗੁਰੂ ਹੋਵੇ ਉੱਥੇ ਘਾਟਾ ਕਿਹੜੀ ਗੱਲ ਦਾ, ਜਿੱਥੇ ਆਪ ਵਾਹਿਗੁਰੂ ਉੱਥੇ ਘਾਟਾ ਕਿਹੜੀ ਗੱਲ ਦਾ, ਜਿੱਥੇ ਆਪ ਆਪ ਵਾਹਿਗੁਰੂ ਉੱਥੇ ਘਾਟਾ ਕਿਹੜੀ ਗੱਲ ਦਾ, ਜਿੱਥੇ ਆਪ ਵਾਹਿਗੁਰੂ ਹੋਵੇ ਉੱਥੇ ਘਾਟਾ ਕਿਹੜੀ ਗੱਲ ਦਾ, ਜਿੱਥੇ ਆਪ ਵਾਹਿਗੁਰੂ ਹੋਵੇ ਉੱਥੇ ਘਾਟਾ ਕਿਹੜੀ ਗੱਲ, ਆਪ ਵਾਹਿਗੁਰੂ ਹੋਵੇ ਉੱਥੇ ਘਾਟਾ ਕਿਹੜੀ ਗੱਲ ਦਾ, ਜਿੱਥੇ ਆਪ ਵਾਹਿਗੁਰੂ ਹੋਵੇ ਉੱਥੇ ਘਾਟਾ ਕਿਹੜੀ ਗੱਲ ਦਾ, ਆਪ ਵਾਹਿਗੁਰੂ ਹੋਵੇ ਉੱਥੇ ਘਾਟਾ ਕਿਹੜੀ ਗੱਲ ਦਾ, ਜਿੱਥੇ ਆਪ ਵਾਹਿਗੁਰੂ ਹੋਵੇ ਉੱਥੇ ਘਾਟਾ ਕਿਹੜੀ ਗੱਲ ਦਾ। ਘਾਟਾ ਨਹੀਂ ਸੀ ਪਿਆ ਗੁਰੂ ਨਾਨਕ ਦੇ ਹਿਸਾਬ ਕਿਤਾਬ ਵਿੱਚ, ਅਤੇ ਭਾਈ ਜੈ ਰਾਮ ਜੀ ਨੇ ਮੂਲ ਚੰਦ ਜੀ ਨੂੰ ਆਖਿਆ, ਮੇਰਾ ਰਿਸ਼ਤੇਦਾਰ ਬੜਾ ਸਿਆਣਾ, ਉਹਨਾਂ ਨੂੰ ਗੱਲ ਜੱਚ ਗਈ, ਫਿਰ ਵੇਖਿਆ ਵੀ ਭਾਲ ਟੋਲ ਕੀਤੀ, ਅਤੇ ਅੱਗੇ ਤਾਂ ਸਿਆਣੇ ਬੈਠੇ ਹੋ, ਹੁਣ ਵਾਲਾ ਜ਼ਮਾਨਾ ਨਹੀਂ ਸੀ, ਹੁਣ ਤਾਂ 100 ਵਾਰੀ ਵੇਖੀਦਾ, ਨਾਨਕੇ ਦਾਦਕੇ ਜਾਤ ਗੋਤ ਪੁੱਛੀਦਾ, ਇੱਥੋਂ ਤੱਕ ਜ਼ਮੀਨਾਂ ਵੀ ਰਜਿਸਟਰੀਆਂ ਚੈੱਕ ਕਰਨ ਲੱਗ ਗਏ। ਅੱਗੇ ਇਹ ਜਿਹਾ ਸਮਾਂ ਸੀ, ਜਿਹੋ ਜਿਹਾ ਲਾਗੀ ਤੱਥੇ ਕਰ ਆਉਂਦੇ ਜਾਂ ਵਿਚੋਲੇ ਕਰ ਦਿੰਦੇ, ਮਾਂ ਪਿਓ ਮੰਨ ਲੈਂਦੇ ਸੀ, ਅਤੇ ਧੀਆਂ ਵੀ ਸਿਆਣੀਆਂ ਸੀ ਗੁਰਮੁਖੋ, ਸਾਰੇ ਸਾਰੇ ਟੱਬਰ 'ਚੋਂ ਕਈ ਵਾਰੀ ਇੱਕੋ ਹੀ ਵਿਆਹਿਆ ਹੁੰਦਾ ਸੀ, ਫਿਰ ਵੀ ਗੁਰਮੁਖੋ ਪਰਿਵਾਰ ਇਕੱਠਾ ਰਹਿੰਦਾ ਸੀ, ਮਾਪਿਆਂ ਦੀ ਇੱਜ਼ਤ ਨਹੀਂ ਸੀ ਰੋਲਦੀਆਂ, ਆਖੋ ਸਤਨਾਮ। ਹੁਣ ਜ਼ਮਾਨਾ ਕੀ ਹੈ, ਇਹ ਤੁਹਾਡੇ ਸਾਹਮਣੇ ਨਿੱਤ ਸਭ ਕੁਛ ਹੁੰਦਾ, ਮੈਂ ਇਸ ਪਾਸੇ ਨਹੀਂ ਜਾਣਾ। ਗੁਰਮੁਖ ਮੂਲ ਚੰਦ ਜੀ ਨੇ ਪਰਿਵਾਰ ਨਾਲ ਸਲਾਹ ਕੀਤੀ ਅਤੇ ਸੁਲੱਖਣੀ ਦਾ ਰਿਸ਼ਤਾ ਕਰਤਾ ਗੁਰੂ ਨਾਨਕ ਦੇਵ ਮਹਾਰਾਜ ਨਾਲ ਪੱਕਾ। ਫਿਰ ਗੁਰਮੁਖ ਪਿਆਰਿਓ ਇੱਧਰੋਂ ਵੀ ਪਰਿਵਾਰ ਨੇ ਤਿਆਰੀ ਕੀਤੀ ਅਤੇ ਬਰਾਤ ਪਹੁੰਚੀ ਸੀ ਬਟਾਲੇ, ਗੁਰਮੁਖ ਜਿਹਨੂੰ ਅਚੱਲ ਬਟਾਲਾ ਕਹਿੰਦੇ ਹੋ ਨਾ, ਬਟਾਲੇ ਨਗਰ, ਉੱਥੇ ਪਹੁੰਚੀ ਬਰਾਤ। ਪਰ ਕਮਾਲ ਦੀ ਗੱਲ ਇਹ ਹੋਈ, ਜਦੋਂ ਗੁਰੂ ਨਾਨਕ ਦੀ ਬਰਾਤ ਗਈ ਉੱਥੇ ਜਾ ਕੇ ਕੀ ਵੇਖਿਆ, ਕਹਿੰਦੇ ਬਰਾਤ ਦੇ ਵਿੱਚ ਵਿੱਚੀ ਤਾਂ ਸਾਧੂ ਸੰਤ ਤੁਰੇ ਫਿਰਦੇ ਆ ਅਤੇ ਵਿੱਚੀ ਕਈ ਗਰੀਬ ਲੋਕ ਵੀ ਚਲੇ ਗਏ, ਆਖੋ ਸਤਨਾਮ। ਗੁਰੂ ਨਾਨਕ ਦਾ ਵਿਆਹ ਕਿਤੇ ਪੜ੍ਹਿਓ ਕਮਾਲ ਦਾ ਸੀ, ਬਟਾਲੇ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਨਾ ਵੀ ਅਸੀਂ ਤਾਂ ਸੋਚਿਆ ਸੀ ਮੁੰਡਾ ਪਟਵਾਰੀ ਦਾ ਪੁੱਤ ਹੈ, ਸਾਰਿਆਂ ਨੂੰ ਗਿਆਨ ਦਿੰਦਾ, ਰਾਏ ਬੁਲਾਰ ਦੇ ਕੋਲੇ ਕਰਦਾ ਨੌਕਰੀ, ਇਹ ਸੱਜ ਵੱਜ ਕੇ ਆਊਗਾ, ਪਰ ਇਹਦੇ ਬਰਾਤੀ ਕਿਹੇ ਜੇ ਨੇ, ਕਿਸੇ ਦੇ ਨਾ ਲੱਤ, ਕਿਸੇ ਦੇ ਨਾ ਇੱਕ ਵਾਹ ਨਹੀਂ, ਵੱਖਰਾ ਇਹ ਸਾਡਾ ਘਰ ਲੱਭਿਆ ਸਰਾਂ ਨਹੀਂ।
ਇਹ ਪਟਵਾਰੀ ਦਾ ਪੁੱਤ ਉੱਚੇ ਘਰਾਣੇ ਦਾ ਹੋ ਕੇ ਆਹ ਵਿੱਚੀ ਮਰਦਾਨੇ ਵਰਗਿਆਂ ਨੂੰ ਲਈ ਫਿਰਦਾ। ਇਹ ਸਾਰਿਆਂ ਤੋਂ ਨੀਵੀਂ ਜਾਤੀ ਮੰਨੀ ਜਾਂਦੀ ਸੀ ਸ਼ੂਦਰਾਂ 'ਚੋਂ, ਮੀਰਾਂ ਦੀ। ਖਿਮਾ ਕਰਿਓ, ਲਫ਼ਜ਼ ਵਰਤਣਾ ਪੈਣਾ, ਮਰਾਸੀ ਜਿਨ੍ਹਾਂ ਨੂੰ ਆਮ ਲੋਕ ਕਹਿੰਦੇ ਸੀ ਨਾ। ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਆਪਣੇ ਸੱਜੇ ਪਾਸੇ ਬਰਾਬਰ ਬਿਠਾਇਆ, ਆਖੋ ਸਤਨਾਮ। ਕਹਿੰਦੇ ਜਿਹੜੇ ਨੀਵਿਆਂ ਤੋਂ ਲੋਕ ਕਰਦੇ ਨੇ ਨਫ਼ਰਤ, ਮਰਦਾਨਿਆਂ ਮੈਂ ਤੇਰੇ ਰਾਹੀਂ ਗਿਆਨ ਇਹਨਾਂ ਨੂੰ ਵੰਡਣਾ, ਕਿੱਡੀ ਕਿਰਪਾ। ਅਤੇ ਵੱਡਿਆਂ ਤੋਂ ਵੀ ਨਫ਼ਰਤ ਨਹੀਂ ਕੀਤੀ, ਜੱਟ ਬਾਲਾ ਸੰਧੂ ਵੀ ਨਾਲ ਹੀ ਰੱਖਿਆ, ਆਖੋ ਸਤਨਾਮ। ਐਨ ਵਿਚਕਾਰ ਇੱਥੋਂ ਹੁਣ ਸਿੱਖਿਆ ਲੈਣੀ ਹੈ, ਆਪਾਂ ਵੀ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਕਰਨਾ। ਧੰਨ ਗੁਰੂ ਨਾਨਕ ਦੀ ਬਰਾਤ ਵਿੱਚ ਰਿਸ਼ੀ ਮੁਨੀ ਵੀ ਗਏ, ਕਿਸੇ ਦੇ ਪਿੰਡੇ 'ਤੇ ਸੁਭਾਅ ਮਿਲੀ ਹੋਈ, ਕੋਈ ਜਟਾਂ ਜੂਟ, ਕੋਈ ਇਕੱਲੇ ਲੰਗੋਟ 'ਚ ਹੀ ਤੁਰਿਆ ਫਿਰਦਾ, ਕਿਸੇ ਕੋਲ ਅਨਘੜ ਜਾਂ ਟੰਬਾ ਚੱਕਿਆ, ਕੋਈ ਕਿਵੇਂ ਦਾ ਕੋਈ ਕਿਵੇਂ ਦਾ। ਅਤੇ ਉਹਨਾਂ ਨੇ ਸੋਚਿਆ ਵੀ ਕਿਹੋ ਜਿਹੀ ਬਰਾਤ ਆ ਗਈ, ਆਪਾਂ ਇਹਨਾਂ ਨੂੰ ਮੋੜੋ। ਇਸੇ ਕਰਕੇ ਬੇਇੱਜ਼ਤੀ ਕਰਨ ਦੇ ਮਾਰਿਆ ਨੇ ਇੱਕ ਕੰਧ ਦੇ ਕੋਲ ਬਿਠਾ ਤਾ, ਕਹਿੰਦੇ ਕੰਧ ਨੂੰ ਦੇ ਦਿਓ, ਧੱਕਾ ਆਪੇ ਥੱਲੇ ਆ ਜਾਣਗੇ। ਲਿਖਾਰੀ ਲਿਖਦੇ ਨੇ, ਆਈ ਜਨ ਬਟਾਲੇ ਜਾਂ ਬੇਦੀਆਂ ਦੀ, ਕੁੜੀਆਂ ਗੱਲ ਕੀਤੀ ਛੇੜ ਨਖੈਣ ਵਾਲੀ, ਮਜ਼ਾਕ ਕੀਤੇ ਜਿਵੇਂ ਵਿਆਹਾਂ 'ਚ ਹੁੰਦੇ ਹੈ। ਲਾਗੇ ਕੰਧ ਦੇ ਗੁਰੂ ਬਠਾਲ ਦਿੱਤੇ, ਜਿਹੜੀ ਕੰਧ ਸੀ ਸੰਗਤ ਜੀ ਢਹਿਣ ਵਾਲੀ, ਇੱਕ ਡਿੱਗਣ ਵਾਲੀ ਕੱਚੀ ਜੀ ਕੰਧ, ਉਹਦੇ ਕੋਲੇ ਗੁਰੂ ਨਾਨਕ ਜੀ ਨੂੰ ਬਿਠਾਤਾ। ਕਹਿੰਦੇ ਧੱਕਾ ਦੇ ਕੇ ਉੱਤੇ ਸਿੱਟ ਦਿਓ। ਪਰ ਹੋਇਆ ਕੀ, ਆਈ ਮਾਈ ਬੁੱਢੀ ਤੇ ਆ ਕੇ ਕਹਿਣ ਲੱਗੀ, ਇਹ ਜਗ੍ਹਾ ਨੀ ਲਾਲ ਤੇਰੇ ਬਹਿਣ ਵਾਲੀ, ਇਸ ਕੰਧ ਦੀ ਮਾਰ ਤੋਂ ਪਰੇ ਹੋ ਜਾ, ਇਹ ਤਾਂ ਕੰਧ ਹੈ ਲਾੜਿਆ ਢਹਿਣ ਵਾਲੀ। ਇੱਕ ਬਜ਼ੁਰਗ ਮਾਤਾ ਆਈ, ਕਹਿੰਦੀ ਲਾੜਿਆ ਇਸ ਕੰਧ ਦੀ ਮਾਰ ਤੋਂ ਪਰੇ ਹੋ ਜਾ, ਇਹ ਤੇਰੇ ਬਹਿਣ ਵਾਲੀ ਜਗ੍ਹਾ ਨਹੀਂ ਹੈ, ਕਿਉਂਕਿ ਤੇਰੇ ਸਹੁਰੇ ਹੋ ਗਏ ਬੇਈਮਾਨ ਤੇਰੇ ਬਰਾਤੀਆਂ ਨੂੰ ਦੇਖ ਕੇ, ਇਹ ਤੇਰੇ ਉੱਤੇ ਕੰਧ ਸਿੱਟਣਗੇ, ਤੁਹਾਡੀ ਬੇਇੱਜ਼ਤੀ ਕਰਕੇ ਮੋੜਨਗੇ। ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਹੱਸ ਪਏ, ਕਹਿੰਦੇ ਮਾਤਾ ਕੀ ਗੱਲ। ਫਿਰ ਉਹ ਮਾਤਾ ਨੇ ਦੱਸਿਆ, ਕਹਿੰਦੀ ਸਾਡੇ ਪਿੰਡ ਵਿੱਚ ਚਾਰ ਗੋਤ ਨੇ, ਤੇਰੇ ਸਹੁਰਿਆਂ ਦਾ ਗੋਤ ਹੈ ਚੌਣੇ, ਇੱਕ ਗੋਤੀ ਨੇ ਇੱਥੇ ਟੇਰੇ, ਇੱਕ ਪੂਰੀ ਅਤੇ ਚੌਥੇ ਭੰਡਾਰੀ। ਤੇਰੇ ਸਹੁਰਿਆਂ ਨੇ ਕਿਹਾ ਸੀ ਵੀ ਦੱਸੋ ਸਾਡੇ ਨਾਲ ਕੌਣ ਕੌਣ ਰਲੂਗਾ, ਟੇਰੇ ਵੀ ਨਾਲ ਰਲ ਗਏ। ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਹਾਂ, ਇਹਨਾਂ ਦੀ ਬੇਇੱਜ਼ਤੀ ਕਰਕੇ ਮੋੜੋ। ਚੌਣੇ ਟੇਰੇ ਦੋ ਗੋਤ ਰਲ ਗਏ, ਅਤੇ ਪੂਰੀ ਅਤੇ ਭੰਡਾਰੀ ਜਿਹੜੇ ਸੀ ਇਹ ਸੀ ਗਰੀਬ ਜਨਤਾ ਸੇਵਾ ਕਰਨ ਵਾਲੀ। ਇਹ ਕਹਿੰਦੇ ਵੀ ਉਹ ਤਾਂ ਇਲਾਹੀ ਨੂਰ ਹੈ, ਅਸੀਂ ਇਸ ਕੰਮ ਵਿੱਚ ਤੁਹਾਡਾ ਸਾਥ ਨਹੀਂ ਦੇਣਾ, ਰੱਬੀ ਜੋਤ ਨੂੰ ਅਸੀਂ ਨਹੀਂ ਕੁਛ ਕਹਿਣਾ। ਜਦੋਂ ਮਾਤਾ ਨੇ ਦੱਸਿਆ, ਫਿਰ ਧੰਨ ਗੁਰੂ ਨਾਨਕ ਸਾਹਿਬ ਹਲੀਮੀ ਦਿਨੇ ਬੋਲੇ, ਕਹਿੰਦੇ ਮਾਤਾ ਮਾਤਾ ਭੋਲੀਏ ਐਵੇਂ ਕਿਉਂ ਫਿਕਰ ਕਰਦੀ, ਇਹ ਤਾਂ ਕੰਧ ਚਾਰ ਯੁੱਗ ਤੱਕ ਰਹਿਣ ਵਾਲੀ। ਉਦੋਂ ਬਚਨ ਕੀਤਾ ਸੀ, ਕਹਿੰਦੇ ਮਾਤਾ ਤੂੰ ਕਹਿੰਦੀ ਹੈ ਨਾ ਇਹ ਕੰਧ ਸਿੱਟਣਗੇ, ਇਹ ਕੰਧ ਤਾਂ ਚਾਰ ਯੁੱਗਾਂ ਤੱਕ ਰਹੂਗੀ, ਆਖੋ ਸਤਨਾਮ।
ਮਹਾਰਾਜ ਬਚਨ ਕਰਦੇ ਨੇ, ਮਾਤਾ ਭੋਲੀਏ ਐਵੇਂ ਕਿਉਂ ਫਿਕਰ ਕਰਦੀ, ਇਹ ਤਾਂ ਕੰਧ ਚਾਰ ਯੁੱਗ ਤੱਕ ਰਹਿਣ ਵਾਲੀ, ਮੇਰੇ ਵਿਆਹ ਦੀ ਇਹ ਯਾਦਗਾਰ ਬਣਜੂ, ਦੁਨੀਆ ਕਰੂ ਦਰਸ਼ਨ ਮੁਕਤੀ ਲੈਣ ਵਾਲੀ। ਕਹਿੰਦੇ ਇਹ ਕੰਧ ਤਾਂ ਮੇਰੇ ਵਿਆਹ ਦੀ ਯਾਦਗਾਰ ਬਣੂਗੀ, ਚਾਰ ਯੁੱਗਾਂ ਤੱਕ ਰਹੂ, ਇਹਦੇ ਦਰਸ਼ਨ ਉਹ ਕਰਿਆ ਕਰਨਗੇ ਜਿਨ੍ਹਾਂ ਨੇ ਮੁਕਤੀ ਲੈਣੀ ਹੋਊ। ਆਖੋ ਸਤਨਾਮ। ਜਿਹੜੀਆਂ ਪ੍ਰਾਤਨ ਨਿਸ਼ਾਨੀਆਂ ਨਾ, ਜਦੋਂ ਹੁਣ ਮੰਨ ਲਓ ਜਾਵਾਂਗੇ ਬਟਾਲੇ, ਗੁਰਦੁਆਰਾ ਕੰਧ ਸਾਹਿਬ ਦੇਖਾਂਗੇ, ਕੰਧ ਦੇਖਾਂਗੇ ਤਾਂ ਯਾਦ ਕਿਹਦੀ ਆਊਗੀ? ਧੰਨ ਗੁਰੂ ਨਾਨਕ ਦੀ। ਅਤੇ ਗੁਰੂ ਦੀ ਯਾਦ ਜਿਨ੍ਹਾਂ ਦੇ ਪੱਲੇ ਹੈ ਉਹ ਮੁਕਤ ਹੁੰਦੇ ਆ। ਆਖੋ ਸਤਨਾਮ। ਰਹੀ ਗੱਲ ਮੇਰੇ ਸਹੁਰਿਆਂ ਦੀ, ਅਤੇ ਸਤਿਗੁਰ ਕਹਿੰਦੇ ਨੇ, ਤੇਰੇ ਟਿਰਨਗੇ ਜਿਨ੍ਹਾਂ ਨੇ ਅੱਤ ਚੱਕੀ, ਤੇਰੇ ਰਹੂ ਨਾ ਗੁਰਾਂ ਨਾਲ ਖੈਣ ਵਾਲੀ, ਚੌਣੇ ਚੁਣੇ ਜਾਣੇ ਇਸ ਜਹਾਨ ਵਿੱਚੋਂ, ਬਿਨਾਂ ਪੂਰਿਆਂ ਨਾ ਪੂਰੀ ਪੈਣ ਵਾਲੀ। ਕਹਿੰਦੇ ਨਾ ਤਾਂ ਰਹਿਣਗੇ ਤੇਰੇ, ਨਾ ਰਹਿਣਗੇ ਚੌਣੇ, ਅਤੇ ਆ ਪੂਰੀ ਭੰਡਾਰੀਆਂ ਬਿਨਾਂ ਸਰਨਾ ਨਹੀਂ। ਆਖੋ ਸਤਨਾਮ। ਇੱਦਾਂ ਦਾ ਬਚਨ ਕੀਤਾ ਗੁਰੂ ਨਾਨਕ ਦੇ ਮੂਹਰੇ, ਫੇਰ ਝੁਕੇ ਸੀ ਉਹ ਦੇਖ ਕੇ ਨਾ ਬਚਨ ਕਲਾ। ਫੇਰ ਵਿਆਹ ਹੋਇਆ, ਅਤੇ ਜਦੋਂ ਹੋਣ ਲੱਗਾ ਵਿਆਹ, ਉਹਨਾਂ ਨੇ ਬੁਲਾਇਆ ਹੋਇਆ ਸੀ ਪੰਡਿਤ, ਪੰਡਿਤ ਜੀ ਆਪਣਾ ਉਹਨਾਂ ਦਾ ਧਰਮ ਜੋ ਕਹਿੰਦਾ ਪੋਥੀ ਲੈ ਕੇ ਆਏ। ਪਰ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ, ਪੰਡਿਤ ਜੀ ਅਸੀਂ ਅੱਗ ਦੇ ਦੁਆਲੇ ਫੇਰੇ ਨਹੀਂ ਲੈਣੇ, ਅਸੀਂ ਤਾਂ ਨਵੀਂ ਮਰਿਆਦਾ ਤੋਰਨੀ ਹੈ। ਪੰਡਿਤ ਜੀ ਨੂੰ ਫਿਕਰ ਪੈ ਗਿਆ ਵੀ ਜੇ ਇਹ ਹਟ ਗਏ ਤਾਂ ਬਾਕੀ ਫਿਰ ਨਹੀਂ ਕਰਾਉਣਗੇ। ਸਤਿਗੁਰ ਕਹਿੰਦੇ, ਤੁਹਾਡੇ ਧਰਮ ਮੁਤਾਬਕ ਤੁਹਾਡੇ ਫੇਰੇ ਜੁਗੋ ਜੁਗ ਅਟਲ ਰਹਿਣਗੇ, ਤੁਹਾਨੂੰ ਨਹੀਂ ਰੋਕਦੇ। ਪਰ ਸਾਡਾ ਜਿਹੜਾ ਧਰਮ ਹੈ, ਸਿੱਖ ਧਰਮ ਨਵਾਂ ਪ੍ਰਚਲਿਤ ਹੋਇਆ ਹੈ, ਅਸੀਂ ਤਾਂ ਆਨੰਦਾਂ ਦੀ ਮਰਿਆਦਾ ਤੋਰਾਂਗੇ। ਉਦੋਂ ਫਿਰ ਗੁਰੂ ਨਾਨਕ ਜੀ ਨੇ ਇੱਕ ਚੌਂਕੀ ਮੰਗਵਾਈ, ਉਹਦੇ ਉੱਤੇ ਇੱਕੋ ਓਅੰਕਾਰ ਲਿਖ ਕੇ ਬਾਣੀ ਦੀ ਪੋਥੀ ਰੱਖੀ। ਇਸ ਤਰ੍ਹਾਂ ਮਹਾਰਾਜ ਦਾ ਵਿਆਹ ਹੋਇਆ ਸੀ। ਬਾਣੀ ਦੀ ਪੋਥੀ ਰੱਖੀ, ਇੱਕੋ ਓਅੰਕਾਰ ਲਿਖਿਆ, ਅਤੇ ਜ਼ਿਆਦਾਤਰ ਸਮਾਂ ਕੀਰਤਨ ਹੋਇਆ ਰੱਬੀ ਬਾਣੀ ਦਾ। ਫਿਰ ਗੁਰਬਾਣੀ ਦੇ ਦੁਆਲੇ ਚਾਰ ਗੇੜੇ ਦੇ ਕੇ ਪਰਿਕਰਮਾ ਕਰਕੇ ਮੇਰੇ ਗੁਰੂ ਨਾਨਕ ਦਾ ਅਤੇ ਮਾਤਾ ਸੁਲੱਖਣੀ ਦਾ ਵਿਆਹ ਹੋਇਆ। ਧੰਨ ਮਾਤਾ ਸੁਲੱਖਣੀ ਦੀ ਯਾਦ ਵਿੱਚ ਯਾਦਗਾਰੀ ਗੇਟ ਵੀ ਬਣਿਆ ਬਟਾਲੇ। ਹੁਣ ਵਿਆਹ ਹੋ ਗਿਆ, ਵਿਆਹ ਕੇ ਆ ਗਈ ਸਹੁਰੇ ਘਰ ਵਿੱਚ। ਕੁਛ ਸਮਾਂ ਗੁਰਮੁਖ ਪਿਆਰਿਓ ਤਲਵੰਡੀ, ਰਾਏ ਭੋਏ ਦੀ ਤਲਵੰਡੀ ਜਿਹਨੂੰ ਹੁਣ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ, ਉੱਥੇ ਵੀ ਬਿਤਾਇਆ। ਪਰ ਗੁਰੂ ਨਾਨਕ ਜੀ ਦੀ ਡਿਊਟੀ ਸੁਲਤਾਨਪੁਰ ਲੋਧੀ ਸੀ, ਉੱਥੇ ਚਲੇ ਗਏ। ਭੈਣ ਨਾਨਕੀ ਦੇ ਨਾਲ ਇੱਕਮਿੱਕ ਹੋ ਕੇ ਰਹਿਣਾ, ਜ਼ਿਆਦਾਤਰ ਸਮਾਂ ਗੁਰਮੁਖ ਪਿਆਰਿਓ ਆਪ ਜੀ ਨੂੰ ਪਤਾ, ਗੁਰੂ ਨਾਨਕ ਦੇ ਮਹਾਰਾਜ ਨੇ ਜਾਂ ਤਾਂ ਡਿਊਟੀ ਕਰਨੀ ਮੋਦੀਖਾਨੇ, ਉਦੋਂ ਬਾਅਦ ਜਦੋਂ ਸਮਾਂ ਮਿਲਣਾ ਸੰਗਤ ਕਰਨੀ, ਸਾਧੂਆਂ ਫਕੀਰਾਂ ਨੂੰ ਮਿਲਣਾ ਜਾ ਕੇ। ਉੱਥੇ ਗੁਰੂ ਨਾਨਕ ਦੇ ਮਹਾਰਾਜ ਨੇ ਇਤਿਹਾਸ ਵੀ ਬਹੁਤ ਪੜ੍ਹਿਆ, ਧਰਮ ਗ੍ਰੰਥ ਮੰਗਵਾ ਕੇ ਪੜ੍ਹਨੇ। ਅਤੇ ਤੁਹਾਨੂੰ ਵੀ ਬੇਨਤੀ ਹੈ, ਪੜ੍ਹਨ ਦੀ ਆਦਤ ਪਾਓ, ਲਿਖਣ ਦੀ ਆਦਤ ਪਾਓ। ਸਤਿਗੁਰ ਨਾਨਕ ਦੇ ਮਹਾਰਾਜ ਨੇ ਸਾਹਿਤ ਪੜ੍ਹਨਾ, ਅੰਮ੍ਰਿਤ ਵੇਲੇ ਸਵੇਰੇ ਹੀ ਉੱਠਣਾ, ਜਾ ਕੇ ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ ਉੱਥੇ ਗੁਰਮੁਖ ਪਿਆਰਿਓ ਇਸ਼ਨਾਨ ਕਰਨਾ, ਪਰਮਾਤਮਾ ਦਾ ਭਜਨ ਕਰਨਾ। ਆਖੋ ਸਤਨਾਮ।
ਗ੍ਰਸਤ ਜੀਵਨ ਵੀ ਨਿਭਾਇਆ, ਪਰਿਵਾਰਕ ਫਰਜ਼ਾਂ ਨੂੰ ਨਿਭਾਇਆ, ਜਿਹੜੀ ਤਨਖਾਹ ਮਿਲਣੀ ਉਹਦੇ ਤਿੰਨ ਹਿੱਸੇ ਬਣਾਉਣੇ ਗੁਰਮੁਖੋ। ਇੱਕ ਹਿੱਸਾ ਧਰਮ ਵਾਸਤੇ, ਉਹਦੇ ਨਾਲ ਧਰਮ ਗ੍ਰੰਥ ਖਰੀਦਣੇ, ਹੋਰਾਂ ਨੂੰ ਵੰਡਣੇ, ਇਹ ਵੀ ਕਾਰਜ ਕੀਤਾ ਗੁਰਮੁਖੋ। ਇੱਕ ਹਿੱਸਾ ਗੁਰਮੁਖੋ ਲੋੜਵੰਦਾਂ ਦੀ ਮਦਦ ਵਾਸਤੇ ਅਤੇ ਇੱਕ ਹਿੱਸਾ ਆਪਣੇ ਘਰ ਪਰਿਵਾਰ ਵਾਸਤੇ ਵਰਤਦੇ ਸੀ, ਆਪਣੇ ਵਾਲਾ ਕੰਮ ਨਹੀਂ ਸੀ। ਕਈ ਗੁਰਮੁਖ ਪਿਆਰਿਓ 200-300 ਰੁਪਇਆ ਦਿਹਾੜੀ ਸਾਰਾ ਦਿਨ ਮਿਹਨਤ ਕਰਕੇ ਕਮਾਉਣਗੇ, ਆਉਂਦੇ ਹੀ ਠੇਕੇ 'ਤੇ ਲਾਏ ਆਉਂਦੇ ਆ, ਸੋਚਦੇ ਨਹੀਂ ਆਪਾਂ ਵੀ ਸਾਡੀ ਕਿਰਤ ਕਿੱਧਰ ਨੂੰ ਜਾ ਰਹੀ ਹੈ। ਬੇਲੋੜੇ ਖਰਚੇ ਘਟਾ ਲਓ ਗੁਰਮੁਖੋ ਜੇ ਬਚਣਾ ਹੈ ਤਾਂ, ਆਪਣਾ ਜੀਵਨ ਆਪ ਸੁਧਾਰਨਾ। ਧੰਨ ਗੁਰੂ ਨਾਨਕ ਜੀ ਨੇ ਸੁਲਤਾਨਪੁਰ ਰਹਿੰਦਿਆਂ ਹੋਇਆਂ ਨੌਕਰੀ ਵੀ ਕੀਤੀ, ਪਰਿਵਾਰਕ ਫਰਜ਼ਾਂ ਨੂੰ ਵੀ ਨਿਭਾਇਆ, ਸਾਧੂ ਸੰਗਤਾਂ ਦੀ ਵੀ ਸੇਵਾ ਕਰਨੀ। ਅਤੇ ਗੁਰਮੁਖ ਪਿਆਰਿਓ ਸਮਾਂ ਲੰਘਦਾ ਗਿਆ ਵੀ 1494 ਦੇ ਵਿੱਚ ਬਾਬਾ ਸ੍ਰੀ ਚੰਦਰ ਜੀ ਦਾ ਜਨਮ ਹੋਇਆ ਹੈ, 1494 ਦੇ ਵਿੱਚ। 3 ਸਾਲਾਂ ਬਾਅਦ 1497 ਨੂੰ ਇੱਕ ਪੁੱਤਰ ਹੋਰ ਜਨਮਿਆ ਜਿਹਦਾ ਨਾਮ ਲਖਮੀ ਦਾਸ ਆਇਆ ਗੁਰਮੁਖ, ਕਈ ਲਖਮੀ ਚੰਦ ਵੀ ਕਹਿੰਦੇ ਨੇ। ਦੋ ਸਪੁੱਤਰ ਪੈਦਾ ਹੋਏ ਅਤੇ ਘਰ ਦਾ ਮਾਹੌਲ ਇੱਦਾਂ ਦਾ ਸੀ ਕੋਈ ਵੀ ਲੋੜਵੰਦ ਆ ਜਾਂਦਾ, ਮਾਤਾ ਸੁਲੱਖਣੀ ਅਤੇ ਭੈਣ ਨਾਨਕੀ ਨੇ ਕਦੇ ਦਰ ਤੋਂ ਖਾਲੀ ਨਹੀਂ ਸੀ ਮੋੜਿਆ, ਕਦੇ ਖਾਲੀ ਨਹੀਂ ਸੀ ਮੋੜਿਆ। ਕਿਸੇ ਭੇਖ ਦੇ ਸਾਧੂ ਆਉਂਦੇ, ਕੋਈ ਗਰੀਬ ਗੁਰਬਾ ਲੋੜਵੰਦ ਆ ਜਾਂਦਾ, ਅਤੇ ਆਪ ਜੀ ਨੂੰ ਪਤਾ ਸੁਲਤਾਨਪੁਰ ਸਾਹਿਬ ਰਹਿੰਦਿਆਂ ਹੋਇਆਂ ਗੁਰੂ ਨਾਨਕ ਦੇ ਮਹਾਰਾਜ ਨੇ ਇਹ ਦੁਨੀਆਂ ਦੀ ਦੁਰਦਸ਼ਾ ਨੂੰ ਦੇਖਿਆ। ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡੜਿਆ, ਇਹੋ ਜਿਹੇ ਹਾਲਾਤ ਬਣ ਗਏ ਸੀ, ਵੱਡੇ ਛੋਟਿਆਂ ਨੂੰ ਖਾ ਰਹੇ ਸੀ। ਕੋਈ ਕਵੀ ਲਿਖਦਾ ਹੈ, ਛਾਇਆ ਸੀ ਹਨੇਰਾ ਸਾਰੇ ਮੱਸਿਆ ਦੀ ਰਾਤ ਵਾਂਗੂ, ਧਰਮ ਸੀਗਾ ਖੰਭ ਲਾ ਕੇ ਮਾਰ ਗਿਆ ਉਡਾਰੀਆਂ, ਮੁੱਲਾਂ ਤੇ ਮੁਲਾਣੇ ਕਾਜੀ ਲੈਂਦੇ ਸਨ ਵੱਡੀਆਂ, ਡੋਬ ਦਿੱਤੀ ਬੇੜੀ ਇਹਨਾਂ ਝੂਠਿਆਂ ਮੁਹਾਣਿਆਂ, ਭੈਣਾਂ ਦੀਆਂ ਇੱਜ਼ਤਾਂ ਨਾ ਭਾਈਆਂ ਤੋਂ ਬਚਾਈਆਂ ਗਈਆਂ, ਜਾਵਰਾਂ ਦੇ ਪੰਜੇ ਪਈਆਂ ਕੰਜਕਾਂ ਕੁਆਰੀਆਂ। ਉਸ ਵੇਲੇ ਧਰਤੀ ਤੋਂ ਜ਼ੁਲਮ ਨਹੀਂ ਸਹਾਰ ਹੋਇਆ, ਰੱਬ ਦੀ ਕਚਹਿਰੀ ਜਾ ਕੇ ਰੋ ਰੋ ਤਾਹਾਂ ਮਾਰੀ। ਦੁਖੀ ਜਨਤਾ ਪੁਕਾਰਾਂ ਕਰਦੀ ਸੀ, ਧਰਤੀ ਦੀ ਪੁਕਾਰ ਸੁਣੀ, ਕਹਿੰਦੇ ਸੁਣੀ ਪਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਸਤਿਗੁਰੂ ਨਾਨਕ ਦੇ ਮਹਾਰਾਜ ਸੰਸਾਰ ਦਾ ਭਲਾ ਕਰਨ ਵਾਸਤੇ ਆਏ, ਹੁਣ ਕੁਛ ਸਮਾਂ ਪਰਿਵਾਰਕ ਫਰਜ਼ ਵੀ ਨਿਭਾਏ, ਫਿਰ ਸੁਲਤਾਨਪੁਰ ਰਹਿੰਦਿਆਂ ਹੋਇਆਂ ਗੁਰੂ ਨਾਨਕ ਜੀ ਨੇ ਫੈਸਲਾ ਕੀਤਾ ਹੈ, ਕਹਿੰਦੇ ਅਸੀਂ ਹੁਣ ਸੰਸਾਰ ਦਾ ਭਲਾ ਕਰਨਾ ਹੈ। ਇੱਥੇ ਹੁਣ ਗੱਲ ਮਾਤਾ ਸੁਲੱਖਣੀ ਦੀ ਚੱਲਦੀ ਹੈ, ਧਿਆਨ ਨਾਲ ਸਮਝਿਓ। ਜਦੋਂ ਗੁਰੂ ਨਾਨਕ ਨੇ ਕਹਿਤਾ ਅਸੀਂ ਨਵਾਬ ਦੀ ਨੌਕਰੀ ਨਹੀਂ ਕਰਨੀ, ਮਾਤਾ ਪਿਤਾ ਆਏ, ਕਹਿੰਦੇ ਸਾਡਾ ਸਹਾਰਾ ਕੌਣ ਹੈ? ਮਾਤਾ ਪਿਤਾ ਵੀ ਆਏ ਅਤੇ ਭੈਣ ਨਾਨਕੀ ਕਹਿੰਦੀ, ਵੀਰ ਜੀ ਮੇਰੀ ਕੁੱਖੋਂ ਕੋਈ ਧੀ ਪੁੱਤ ਪੈਦਾ ਨਹੀਂ ਹੋਇਆ, ਮੈਂ ਜਦੋਂ ਤੁਹਾਨੂੰ ਵੇਖਦੀ ਹਾਂ ਨਾ, ਮੈਨੂੰ ਆਪਣੇ ਪਰਿਵਾਰ ਦਾ ਧੀਆਂ ਪੁੱਤਾਂ ਦਾ ਖਿਆਲ ਹੀ ਨਹੀਂ ਆਉਂਦਾ। ਆਖੋ ਸਤਨਾਮ, ਮੇਰੇ ਲਈ ਸਭ ਕੁਛ ਤੁਸੀਂ ਹੋ, ਮੇਰਾ ਵੀਰ ਹੋਵੇ ਰੱਬ, ਹੋਰ ਮੈਨੂੰ ਕੋਈ ਇੱਛਾ ਨਹੀਂ ਹੈ, ਕਹਿੰਦੀ। ਪਰ ਹੁਣ ਤੁਸੀਂ ਜਾ ਰਹੇ ਹੋ, ਸਾਡਾ ਜੀ ਕਿਵੇਂ ਲੱਗੂਗਾ? ਗੁਰੂ ਨਾਨਕ ਕਹਿੰਦੇ, ਭੈਣ ਜੀ, ਬੇਬੇ ਜੀ, ਜਦੋਂ ਵੀ ਕਿਤੇ ਯਾਦ ਕਰੋਗੇ ਅਸੀਂ ਹਾਜ਼ਰ ਹੋਇਆ ਕਰਾਂਗੇ। ਇੱਦਾਂ ਦਾ ਹੀ ਪਿਆਰ ਚਾਹੀਦਾ ਭੈਣਾਂ ਭਾਈਆਂ ਦਾ। ਆ ਜ਼ਮੀਨਾਂ ਵੰਡਾਉਣ ਵਾਲੇ ਚੱਕਰ 'ਚ ਜਦੋਂ ਪੈਂਦੇ ਆ ਨਾ, ਉਦੋਂ ਪਿਆਰ ਟੁੱਟਦਾ ਗੁਰਮੁਖੋ। ਰਿਸ਼ਤੇ ਨਾਤੇ ਹੁੰਦੇ ਆ ਇੱਕ ਦੂਜੇ ਦਾ ਦੁੱਖ ਸੁੱਖ ਵਿੱਚ ਸਾਥ ਦੇਣ ਵਾਸਤੇ, ਅਤੇ ਜਦੋਂ ਵੀ ਭੈਣ ਨਾਨਕੀ
ਨੂੰ ਗੁਰੂ ਨਾਨਕ ਕਹਿੰਦੇ ਯਾਦ ਕਰੋਗੇ ਅਸੀਂ ਹਾਜ਼ਰ ਹੋਵਾਂਗੇ। ਅਤੇ ਆਪਣੇ ਭਤੀਜਿਆਂ ਨੂੰ ਭੈਣ ਨਾਨਕੀ ਲਿਆਈ ਸ਼੍ਰੀ ਚੰਦ ਜੀ ਨੂੰ, ਲਖਮੀ ਦਾਸ ਜੀ ਨੂੰ, ਕਹਿੰਦੀ ਤੁਹਾਨੂੰ ਇਹਨਾਂ ਦਾ ਮੋਹ ਨਹੀਂ ਆਉਂਦਾ, ਤੁਸੀਂ ਭਗਵੇਂ ਕੱਪੜੇ ਪਾ ਕੇ ਸਾਧੂ ਬਣ ਕੇ ਤੁਰ ਪਏ, ਘਰ ਬਾਰ ਨੌਕਰੀ ਸਭ ਪਰਿਵਾਰ ਛੱਡਤਾ ਅਤੇ ਤੁਹਾਨੂੰ ਬੱਚਿਆਂ ਦਾ ਮੋਹ ਨਹੀਂ ਆਉਂਦਾ। ਉਦੋਂ ਗੁਰੂ ਨਾਨਕ ਕਹਿੰਦੇ ਭੈਣ ਜੀ ਕਰੀਏ ਕੀ, ਠੀਕ ਆ ਇਹਨਾਂ ਨੇ ਘਰ ਵਿੱਚ ਜਨਮ ਲਿਆ, ਇਹ ਵੀ ਮੇਰੇ ਪੁੱਤਰ ਨੇ, ਪਰ ਅਸਲ ਵਿੱਚ ਜਿੰਨੇ ਸੰਸਾਰੀ ਜੀਵ ਹੈ ਸਾਰੇ ਹੀ ਮੇਰੇ ਨੇ। ਆਖੋ ਸਤਨਾਮ। ਮਹਾਰਾਜ ਕਹਿੰਦੇ ਨੇ ਲਖਮੀ ਤੇ ਸ੍ਰੀ ਚੰਦਨੀ ਸਾਰੀ ਦੁਨੀਆ ਪੁੱਤਰ ਧੀਆਂ ਮੇਰੇ, ਲਖਮੀ ਤੇ ਸ੍ਰੀ ਚੰਦਨੀ ਸਾਰੀ ਦੁਨੀਆ ਪੁੱਤਰ ਧੀਆਂ ਮੇਰੇ, ਲਖਮੀ ਤੇ ਸ੍ਰੀ ਚੰਦਨੀ ਸਾਰੀ ਦੁਨੀਆ ਪੁੱਤਰ ਧੀਆਂ ਮੇਰੇ, ਲਖਮੀ ਤੇ ਸ੍ਰੀ ਚੰਦਨੀ ਸਾਰੀ ਦੁਨੀਆ ਪੁੱਤਰ ਧੀਆਂ ਮੇਰੇ, ਲਖਮੀ ਤੇ ਸ੍ਰੀ ਚੰਦਨੀ ਸਾਰੀ ਦੁਨੀਆ ਪੁੱਤਰ ਧੀਆਂ ਮੇਰੇ, ਲਖਮੀ ਤੇ ਸ੍ਰੀ ਚੰਦ ਜੀ ਸਾਰੀ ਦੁਨੀਆ ਪੁੱਤਰ ਧੀ ਮੇਰੇ, ਲਖਮੀ ਤੇ ਸ੍ਰੀ ਚੰਦ ਜੀ ਸਾਰੀ ਦੁਨੀਆ ਪੁੱਤਰ ਧੀਆਂ ਮੇਰੇ, ਲਖਮੀ ਤੇ ਸ੍ਰੀ ਚੰਦ ਜੀ ਸਾਰੀ ਦੁਨੀਆ ਪੁੱਤਰ ਧੀਆਂ ਮੇਰੇ, ਲਖਮੀ ਤੇ ਸ੍ਰੀ ਚੰਦ ਜੀ ਸਾਰੀ ਦੁਨੀਆ ਪੁੱਤਰ ਧੀਆਂ ਮੇਰੇ। ਲਖਮੀ ਤੇ ਸ੍ਰੀ ਚੰਦੀ ਨੀ ਸਾਰੀ ਦੁਨੀਆ ਮੇਰੇ ਧੀਆਂ ਪੁੱਤਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਵੇਂ ਨਹੀਂ ਗੁਰੂ ਨਾਨਕ ਨੂੰ ਸਾਰੇ ਮੰਨਦੇ ਗੁਰਮੁਖੋ, ਸਭ ਕੋ ਆਖੈ ਆਪਣਾ, ਸਾਰੇ ਕਹਿੰਦੇ ਸਾਡਾ ਤੇ ਮਹਾਰਾਜ ਤੁਰ ਪਏ। ਕਮਾਲ ਦੀ ਗੱਲ ਵੇਖੋ, ਗੁਰੂ ਨਾਨਕ ਦੀ ਸੱਸ ਨੇ ਵੀ ਆ ਕੇ ਰੌਲਾ ਪਾ ਲਿਆ ਸੀ, ਕਹਿੰਦੀ ਮੈਨੂੰ ਮਿਹਣੇ ਨੇ ਸ਼ਰੀਕਣਾ ਦਿੰਦੀਆਂ, ਕੁੱਲ ਕਾਰਵਾਈਆਂ ਤੇਰੀਆਂ ਨਿੰਦੀਆਂ, ਸੁਣ ਸੁਣ ਕੇ ਮੈਂ ਹੋਈ ਸ਼ਰਮਿੰਦੀ ਆ, ਮੈਨੂੰ ਕਹਿੰਦੀਆਂ ਜਵਾਈ ਚੰਦੋ ਤੇਰਾ ਨੀ ਬਣਿਆ, ਮੰਗ ਖਾਣਾ ਸਾਂਭੂ ਕੋਈ ਡੇਰਾ ਨੀ। ਲੋਕ ਤਾਨੇ ਦਿੰਦੇ ਆ, ਤੂੰ ਤਾਂ ਬਣ ਗਿਆ ਸਾਧ, ਪਰ ਕਦੇ ਖਿਆਲ ਕੀਤਾ ਮੇਰੀ ਧੀ ਸੁਲੱਖਣੀ ਦਾ ਹੋਊ ਹਾਲ ਕੀ, ਤੇਰੇ ਖਾਣਗੇ ਨਫੱਟੂਆ ਲਾਲ ਕੀ, ਆ ਜਿਹੜੇ ਜਵਾਕ ਜੰਮੇ ਆ ਕੀ ਖਾਣਗੇ। ਕਹਿੰਦੀ ਨਾ ਤੂੰ ਹਿੰਦੂਆਂ ਨੂੰ ਚਿੱਤੋਂ ਚੰਗਾ ਜਾਣਦਾ, ਨੀਤਾ ਮੀਆਂ ਦੀਆਂ ਸਰਾਂ 'ਚ ਪਛਾਣਦਾ, ਇੱਕ ਪਾਸੇ ਹੋ ਕੇ ਅੱਗਾ ਤਾਂ ਸਵਾਰਨਾ ਸੀ, ਜੇ ਤੂੰ ਨਾਨਕਾ ਫਕੀਰੀ ਭੇਸ ਧਾਰਨਾ ਸੀ। ਹਿੰਦੂਆਂ ਨੂੰ ਕਹਿਣਾ ਮੈਂ ਜਨੇਊ ਨਹੀਂ ਪਾਉਂਦਾ, ਮਸੀਤ 'ਚ ਜਾ ਕੇ ਕਹਿੰਦੀ ਮੁਸਲਮਾਨਾਂ ਨੂੰ ਕਹਿਣਾ ਤੁਸੀਂ ਨਮਾਜ਼ ਠੀਕ ਨਹੀਂ ਪੜ੍ਹਦੇ, ਐਂ ਤਾਂ ਦੱਸ ਦੇ ਤੂੰ ਹੈ ਕਿਹੜੇ ਪਾਸੇ ਦਾ। ਦੇਖੋ ਸਭ ਨੇ ਕੁਛ ਨਾ ਕੁਛ ਬੋਲਿਆ, ਪਰ ਧੰਨ ਮਾਤਾ ਸੁਲੱਖਣੀ ਨੇ ਮੱਥੇ ਵੱਟ ਨਹੀਂ ਪਾਇਆ। ਆਖੋ ਸਤਨਾਮ। ਜਿਹੜਾ ਮਰਜ਼ੀ ਧਰਮ ਗ੍ਰੰਥ ਪੜ੍ਹ ਲਓ, ਕਿਤੇ ਇਹ ਨਹੀਂ ਪੜ੍ਹੋਗੇ ਵੀ ਮਾਤਾ ਸੁਲੱਖਣੀ ਨੇ ਰੌਲਾ ਪਾ ਲਿਆ ਹੋਵੇ। ਅਤੇ ਮਹਾਰਾਜ ਵੀ ਇੰਨਾ ਪਿਆਰ ਕਰਦੇ, ਜਦੋਂ ਸੁਲੱਖਣੀ ਨੂੰ ਬੁਲਾਉਣਾ ਨਾ ਉਦੋਂ ਕਹਿਣਾ ਪਰਮੇਸ਼ਰ ਕੀ ਏ ਆ ਜਾ ਆਹ ਕੰਮ ਕਰਨਾ, ਪਰਮੇਸ਼ਰ ਕੀ ਏ ਕਹਿ ਕੇ ਬੁਲਾਉਂਦੇ ਹੁੰਦੇ ਵੀ ਤੂੰ ਰੱਬ ਦੀ ਦਿੱਤੀ ਦਾਤ ਹੈ। ਇੱਕ ਦੂਜੇ ਦਾ ਸਤਿਕਾਰ ਕਰਾਂਗੇ ਤਾਂ ਆਪਾਂ ਨੂੰ ਵੀ ਮਿਲੂਗਾ, ਜੇ ਆਪਾਂ ਕਹੀਏ ਵੀ ਅਸੀਂ ਤਾਂ ਪੁੱਠਾ ਹੀ ਬੋਲਣਾ ਅਗਲਾ ਮੈਨੂੰ ਜੀ ਜੀ ਕਰੀ ਜਾਵੇ, ਇਹ ਵੀ ਗੱਲ ਨਹੀਂ ਬਣਨੀ। ਗੁਰਮੁਖ ਮਹਾਰਾਜ ਉਹਨੂੰ ਪਰਮੇਸ਼ਰ ਕੀ ਇਹ ਕਹਿ ਕੇ ਬੁਲਾਉਂਦੇ ਹੁੰਦੇ। ਜਦੋਂ ਵੀ ਜ਼ਿੰਦਗੀ 'ਚ ਕੋਈ ਦੁੱਖ ਦਾ ਸਮਾਂ ਆਉਣਾ ਤਾਂ ਧੰਨ ਮਾਤਾ ਸੁਲੱਖਣੀ ਨੀ ਵੇ ਕਹਿਣਾ, ਧੰਨ ਗੁਰੂ ਨਾਨਕ ਜੀ ਨੂੰ ਕਹਿਣਾ ਕਿ ਜੋ ਹੋ ਰਿਹਾ ਰੱਬ ਦੀ ਰਜਾ 'ਚ ਹੋ ਰਿਹਾ, ਕੋਈ ਨਹੀਂ ਜੇ ਔਖਾ ਸਮਾਂ ਆਇਆ
ਪਰਮਾਤਮਾ ਨੇ ਆਪਾਂ ਨੂੰ ਕੱਢਣਾ ਵੀ ਆਪ ਹੀ ਆ। ਆਖੋ ਸਤਨਾਮ। ਨਾ ਕਦੇ ਆਪਣੇ ਪੁੱਤਰਾਂ ਨੂੰ ਗਲਤ ਸਿੱਖਿਆ ਦਿੱਤੀ, ਨਾ ਕਦੇ ਧੰਨ ਗੁਰੂ ਨਾਨਕ ਨਾਲ ਹੀ ਕਲੇਸ਼ ਕੀਤਾ ਸੀ। ਤਕਰੀਬਨ 34-35 ਸਾਲ ਗੁਰੂ ਨਾਨਕ ਦੇ ਮਹਾਰਾਜ ਨੇ ਘਰੋਂ ਬਾਹਰ ਲਾਏ ਗੁਰਮੁਖੋਂ। ਚਾਰ ਉਦਾਸੀਆਂ ਕੀਤੀਆਂ, ਦੁਨੀਆਂ ਦਾ ਰਟਣ ਕੀਤਾ, ਭੁੱਖਾਂ ਤੇਹਾਂ ਵੀ ਕੱਟੀਆਂ, ਚੰਗੇ ਮਾੜੇ ਸਮੇਂ ਵੀ ਆਏ, ਜੇਲ੍ਹਾਂ ਵੀ ਕੱਟੀਆਂ, ਪਰ ਧੰਨ ਮਾਤਾ ਸੁਲੱਖਣੀ ਨੇ ਕਦੇ ਨਹੀਂ ਸੀ ਕਿਹਾ ਵੀ ਤੁਸੀਂ ਘਰੇ ਰਹਿ ਕੇ ਕੰਮ ਕਰੋ। ਸੁਲਤਾਨਪੁਰ ਰਹੇ, ਭੈਣ ਨਾਨਕੀ ਦੇ ਕੋਲੇ ਕੁਝ ਸਮਾਂ ਬਾਬਾ ਸ੍ਰੀ ਚੰਦਰ ਜੀ ਰਹੇ, ਉਦੋਂ ਬਾਅਦ ਕੁਛ ਸਮਾਂ ਮਾਤਾ ਸੁਲੱਖਣੀ ਆਪਣੇ ਪੇਕੇ ਘਰ ਬਟਾਲੇ ਚਲੀ ਗਈ, ਲਖਮੀ ਦਾਸ ਜੀ ਕੁਛ ਸਮਾਂ ਉੱਥੇ ਵੀ ਰਹੇ ਨੇ। ਉਦੋਂ ਬਾਅਦ ਜਦੋਂ ਗੁਰੂ ਨਾਨਕ ਨੇ ਕਰਤਾਰਪੁਰ ਸਾਹਿਬ ਵਸਾਇਆ ਰਾਵੀ ਦੇ ਕੰਢੇ 'ਤੇ, ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਉੱਥੇ ਫਿਰ ਸਾਰੇ ਪਰਿਵਾਰ ਨੂੰ ਬੁਲਾਇਆ। ਗੁਰੂ ਨਾਨਕ ਦੇ ਮਹਾਰਾਜ ਨੇ ਆਈ ਗਈ ਸੰਗਤ ਨਾਲ ਬਚਨ ਬਿਲਾਸ ਕਰਨੇ, ਧੰਨ ਮਾਤਾ ਸੁਲੱਖਣੀ ਨੇ ਬੜੀ ਸ਼ਰਧਾ ਨਾਲ ਸੇਵਾ ਕਰਨੀ ਗੁਰਮੁਖੋਂ। ਇੱਕ ਵਾਰੀ ਜਦੋਂ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦੇਣ ਲੱਗੇ ਨਾ, ਲਖਮੀ ਦਾਸ ਅਤੇ ਸ੍ਰੀ ਚੰਦ ਜੀ ਦੀ ਪਰਖ ਕੀਤੀ। ਕਈ ਤਰ੍ਹਾਂ ਦੀਆਂ ਪਰਖਾਂ ਹੋਈਆਂ, ਪਰ ਹੁਣ ਆਪਣੇ ਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ 2-4 ਮਿੰਟਾਂ 'ਚ ਹੀ ਸਮਾਪਤੀ ਕਰਨੀ ਆ, ਖਿਆਲ ਕਰਿਓ। ਕਈ ਤਰ੍ਹਾਂ ਦੀਆਂ ਪਰਖਾਂ ਕੀਤੀਆਂ, ਬਾਬਾ ਸ੍ਰੀ ਚੰਦ ਜੀ ਲਖਮੀ ਦਾਸ ਜੀ ਪਾਸ ਨਾ ਹੋ ਸਕੇ ਗੁਰਮੁਖੋਂ, ਅਤੇ ਗੁਰੂ ਨਾਨਕ ਦੇ ਮਹਾਰਾਜ ਨੇ ਫੈਸਲਾ ਕਰ ਲਿਆ ਕਿ ਅਸੀਂ ਗੁਰਤਾ ਗੱਦੀ ਭਾਈ ਲਹਿਣਾ ਜੀ ਨੂੰ ਦੇਣੀ। ਸੋਚ ਵਿਚਾਰ ਕਰਕੇ ਫਿਰ ਵੀ ਆਪਣੀ ਧਰਮ ਸੁਪਤਨੀ ਸੁਲੱਖਣੀ ਨੂੰ ਪੁੱਛਦੇ ਨੇ, ਕਹਿੰਦੇ ਸੁਲੱਖਣੀ ਇੱਕ ਗੱਲ ਤੇਰੇ ਨਾਲ ਸਲਾਹ ਕਰਨੀ ਹੈ। ਕਹਿੰਦੀ ਜੀ ਦੱਸੋ ਹੁਕਮ, ਕੀ ਹੁਕਮ ਹੈ? ਕਹਿੰਦੇ ਮੈਂ ਗੁਰਤਾ ਗੱਦੀ ਦੇਣੀ ਹੈ ਭਾਈ ਲਹਿਣਾ ਜੀ ਨੂੰ। ਅਤੇ ਉਦੋਂ ਮਾਤਾ ਸੁਲੱਖਣੀ ਨੂੰ ਪੁੱਛਦੇ ਨੇ, ਕਹਿੰਦੇ ਤੇਰਾ ਕੀ ਖਿਆਲ ਹੈ? ਤੇਰੇ ਮਨ 'ਚ ਇਹ ਤਾਂ ਨਹੀਂ ਆਉਂਦਾ ਵੀ ਪੁੱਤਾਂ ਨੂੰ ਗੱਦੀ ਦੇਣੀ ਚਾਹੀਦੀ ਸੀ? ਧੰਨ ਗੁਰੂ ਨਾਨਕ ਦੀ ਜਦੋਂ ਇਹ ਪੁੱਛਿਆ ਨਾ, ਮਾਤਾ ਸੁਲੱਖਣੀ ਕਹਿੰਦੀ ਜੀ ਤੁਹਾਡੀ ਮੌਜ ਹੈ, ਜਿਵੇਂ ਤੁਸੀਂ ਠੀਕ ਸਮਝੋ। ਕਹਿੰਦੇ ਮੈਂ ਫਿਰ ਵੀ ਤੇਰੇ ਸਾਹਮਣੇ ਇੱਕ ਖੇਡ ਵਰਤਾਉਣੀ ਹੈ। ਸ੍ਰੀ ਚੰਦ ਜੀ ਨੂੰ ਬੁਲਾਇਆ, ਲਖਮੀ ਦਾਸ ਜੀ ਨੂੰ ਬੁਲਾਇਆ, ਸਭ ਦੇ ਸਾਹਮਣੇ ਇੱਕ ਟਕਾ ਚੱਕਿਆ ਗੁਰੂ ਨਾਨਕ ਨੇ, ਆਪਣੇ ਹੱਥ ਦੀ ਤਲੀ 'ਤੇ ਰੱਖ ਕੇ ਨਾ ਮੁੱਠੀ ਬੰਦ ਕਰ ਲਈ। ਸ੍ਰੀ ਚੰਦ ਜੀ ਨੂੰ ਕਹਿੰਦੇ, ਸ੍ਰੀ ਚੰਦ ਬੇਟਾ ਇਹ ਦੱਸ ਵੀ ਮੇਰੀ ਮੁੱਠੀ 'ਚ ਕੀ ਹੈ? ਸ੍ਰੀ ਚੰਦ ਜੀ ਕਹਿੰਦੇ ਹੁਣ ਸਭ ਦੇ ਸਾਹਮਣੇ ਰੱਖਿਆ, ਸਾਨੂੰ ਪਤਾ ਇੱਕ ਟਕਾ ਹੈ, ਹੋਰ ਕੀ ਹੈ? ਲਖਮੀ ਦਾਸ ਜੀ ਨੂੰ ਕਹਿੰਦੇ ਬੇਟਾ ਤੂੰ ਦੱਸ ਮੁੱਠੀ 'ਚ ਕੀ ਹੈ? ਲਖਮੀ ਦਾਸ ਜੀ ਵੀ ਕਹਿੰਦੇ ਵੱਡੇ ਭਰਾਤਾ ਨੇ ਠੀਕ ਹੀ ਆਖਿਆ, ਇੱਕ ਟਕਾ ਹੈ, ਹੋਰ ਨਹੀਂ ਕੁਛ। ਕਿਉਂ? ਉਹਨਾਂ ਨੂੰ ਉੱਥੋਂ ਤੱਕ ਸਮਝ ਸੀ। ਫਿਰ ਮਹਾਰਾਜ ਕਹਿੰਦੇ ਭਾਈ ਲਹਿਣਾ ਜੀ ਤੁਸੀਂ ਦੱਸੋ ਮੁੱਠੀ 'ਚ ਕੀ ਹੈ? ਭਾਈ ਲਹਿਣਾ ਜੀ ਉੱਠੇ, ਪਹਿਲਾਂ ਤਾਂ ਗੁਰੂ ਨਾਨਕ ਦੀ ਮੁੱਠੀ ਨੂੰ ਮੱਥਾ ਟੇਕਿਆ। ਕਹਿੰਦੇ ਸੱਚੇ ਪਾਤਸ਼ਾਹ ਇਹ ਇੱਕ ਟਕਾ ਤਾਂ ਆਮ ਗੱਲ ਹੈ, ਤੁਹਾਡੇ ਤਾਂ ਰੋਮ ਰੋਮ ਵਿੱਚ ਪਤਾ ਹੀ ਨਹੀਂ ਕਿੰਨੀਆਂ ਕੁ ਸ਼ਕਤੀਆਂ ਨੇ। ਇਹ ਤੁਹਾਡਾ ਹੱਥ ਜਿਹਦੇ ਵੀ ਸਿਰ 'ਤੇ ਟੱਕਿਆ ਹੈ ਉਹ ਤਾਂ ਰਾਕਸ਼ ਵੀ ਦੇਵਤੇ ਬਣ ਗਏ। ਆਖੋ ਸਤਨਾਮ। ਮੈਂ ਕੀ ਦੱਸ ਸਕਦਾ ਤੁਹਾਡੀ ਮੁੱਠੀ 'ਚ ਕਿੰਨਾ ਕੁ ਕੁਛ ਹੈ, ਇਹ ਤਾਂ ਬੇਅੰਤ ਖੇਡ ਆ। ਕਹਿੰਦੇ ਧੰਨ ਮਾਤਾ ਸੁਲੱਖਣੀ ਉੱਥੇ ਕਹਿੰਦੀ, ਸਤਿਗੁਰ ਤੁਹਾਡੀਆਂ ਤਾਂ ਤੁਸੀਂ ਜਾਣੋ, ਪਰ ਜਿੱਥੋਂ ਤੱਕ ਮੇਰਾ ਖਿਆਲ ਹੈ, ਸੋਚ ਸਮਝ ਕੇ ਤੁਸੀਂ ਫੈਸਲਾ ਠੀਕ ਹੀ ਕੀਤਾ, ਇਹ ਗੁਰਤਾ ਗੱਦੀ ਦੇ ਕਾਬਲ ਆਪਣਾ ਪਰਿਵਾਰ ਨਹੀਂ, ਇਹ ਭਾਈ ਲੈਣਾ ਹੀ ਆ। ਆਖੋ ਸਤਨਾ। ਨਹੀਂ ਤਾਂ ਆਮ ਹੁੰਦਾ ਨਾ, ਜੇ ਭਾਈ ਕਿਸੇ ਨੂੰ ਹੋਰ ਕੋਈ ਜ਼ਿੰਮੇਵਾਰੀ ਦੇ ਦੇ, ਮਾਈਆਂ ਕਲੇਸ਼ ਪਾ ਲੈਂਦੀਆਂ ਕਈ,
ਪਰ ਧੰਨ ਮਾਤਾ ਸੁਲੱਖਣੀ ਨੇ ਕੋਈ ਰੌਲਾ ਨਹੀਂ ਕੀਤਾ, ਕਹਿੰਦੀ ਜੋ ਤੁਸੀਂ ਕਰੋਗੇ ਠੀਕ ਹੀ ਕਰੋਗੇ। ਅਤੇ ਗੁਰਮੁਖ ਪਿਆਰਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਰਤਾਰਪੁਰ ਸਾਹਿਬ ਰਹਿੰਦਿਆਂ ਹੋਇਆਂ ਆਪਣਾ ਅੰਤਲਾ ਸਮਾਂ ਬਤੀਤ ਕੀਤਾ, ਸਰੀਰ ਛੱਡਿਆ। ਮਾਤਾ ਸੁਲੱਖਣੀ ਕੋਈ ਰੋਈ ਨਹੀਂ, ਕੋਈ ਘਬਰਾਈ ਨਹੀਂ, ਪਰਮਾਤਮਾ ਦੇ ਭਾਣੇ 'ਚ ਰਹਿ ਕੇ ਸਿਮਰਨ ਕੀਤਾ। ਗੁਰੂ ਨਾਨਕ ਜੀ ਦੇ ਸਰੀਰ ਛੱਡਣ ਤੋਂ ਬਾਅਦ ਕਈ ਸਾਲ ਮਾਤਾ ਜੀ ਜਿਉਂਦੇ ਰਹੇ। ਉਹਨਾਂ ਚਿਰ ਜਿਹੜੇ ਵੀ ਸਿੱਖ ਸੇਵਕ ਆਏ, ਉਹਨਾਂ ਦੀ ਸ਼ਰਧਾ ਭਾਵਨਾ ਨਾਲ ਸੇਵਾ ਕਰਨੀ, ਸਭ ਨੂੰ ਨਾਮ ਬਾਣੀ ਨਾਲ ਹੀ ਜੋੜਿਆ। ਉਦੋਂ ਬਾਅਦ ਗੁਰਮੁਖ ਪਿਆਰਿਓ, 1545 ਈਸਵੀ ਦੇ ਵਿੱਚ ਧੰਨ ਮਾਤਾ ਸੁਲੱਖਣੀ ਜੀ ਨੇ ਕਰਤਾਰਪੁਰ ਸਾਹਿਬ ਆਪਣਾ ਸਰੀਰ ਛੱਡਿਆ ਸੀ। ਉੱਥੇ ਹੀ ਉਹਨਾਂ ਦਾ ਅੰਤਮ ਸੰਸਕਾਰ ਹੋਇਆ। ਅੱਜ ਮਾਤਾ ਸੁਲੱਖਣੀ ਨੂੰ ਸਿਰ ਝੁਕਦਾ ਹੈ। ਸੋ ਭਾਈ, ਉਹਨਾਂ ਵਿੱਚ ਇਹ ਸਾਰੇ ਹੀ ਗੁਣ ਸੀ ਜਿਹੜੇ ਆਪਾਂ ਗੁਰਬਾਣੀ ਦੇ ਸ਼ਬਦ ਵਿੱਚ ਪਹਿਲਾਂ ਵਿਚਾਰੇ ਨੇ। ਲਓ ਹੁਣ ਸਮਾਂ ਮੈਨੂੰ ਇਜਾਜ਼ਤ ਨਹੀਂ ਦਿੰਦਾ, ਇੰਨੀ ਕੀ ਬੇਨਤੀ ਪ੍ਰਵਾਨ ਕਰ ਲਿਓ। ਕੋਈ ਇਤਿਹਾਸ ਵਿਚਾਰਦਾ ਹੋਇਆ, ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦਾ ਹੋਇਆ ਭੁੱਲ ਕਰ ਗਿਆ ਹੋਵਾਂ, ਕਿਉਂਕਿ ਮੈਂ ਵੀ ਤਾਂ ਇਨਸਾਨ ਹੀ ਹਾਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਜੋ ਨਹੀਂ ਭੁੱਲਦਾ ਉਹ ਤਾਂ ਗੁਰੂ ਜਾਂ ਪਰਮਾਤਮਾ ਨਹੀਂ ਭੁੱਲਦਾ, ਆਪਾਂ ਤੋਂ ਭੁੱਲਾਂ ਚੁੱਕਾਂ ਹੋ ਜਾਂਦੀਆਂ। ਕੋਈ ਭੁੱਲ ਕਰ ਗਿਆ ਹੋਵਾਂ ਤਾਂ ਆਪ ਜੀ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਜਿਹੜੇ ਗੁਣਾਂ ਦੀ ਆਪਾਂ ਵਿਚਾਰ ਕੀਤੀ ਹੈ, ਇਹ ਸਾਰੇ ਗੁਰੂ ਜੀ ਨੇ ਦੱਸੇ ਨੇ। ਇਹਨਾਂ ਨੂੰ ਆਪਾਂ ਸਾਰਿਆਂ ਨੇ ਆਪਣੇ ਹਿਰਦੇ 'ਚ ਵਸਾਉਣਾ ਹੈ, ਤਾਂ ਕਿ ਸਾਡਾ ਸੰਸਾਰ 'ਤੇ ਆਉਣਾ ਭਾਈ ਸਫਲ ਹੋ ਜਾਵੇ। ਸੋ ਇੰਨੀ ਕੀ ਬੇਨਤੀ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਅਤੇ ਆਓ ਹੁਣ ਆਨੰਦ ਸਾਹਿਬ ਦਾ ਪਾਠ ਸਤਿਗੁਰੂ ਦੇ ਚਰਨਾਂ 'ਚ ਰਲ ਕੇ ਕਰੀਏ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੀ ਮਾਏ ਮੇਰੀ ਮਾਏ ਆਨੰਦ ਪਿਆ ਮੇਰੀ ਮਾਏ ਆਨੰਦ ਪਿਆ ਮੇਰੀ ਮਾਏ ਆਨੰਦ ਪਿਆ ਮੇਰੀ ਮਾਏ ਆਨੰਦ ਪਿਆ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਗੋ ਤਾ ਗਾਵੋ ਹਰੀ ਕੇਰਾ ਮਨ ਜਿੰਦੀ ਬਰਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਜਿਸ ਨੇ ਸੋ
ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਸਾਥ ਗਵਾਇਆ ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਗੁਰਬਾਣੀ ਪਿਤਾ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰਮੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਜਿਤ ਕਰ ਅਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਸਾਰ ਬਨ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੂਤ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਗ ਆਈਆਂ ਬੁਰਿਆਂ ਚੈ ਧਰਮ ਹਦੂਰ ਕਰਮੀ ਆਪਣੀ ਜਿੰਨੀ ਨਾਮ ਤੇ ਆਇਆ ਗਏ ਮਸਕ ਪਕਾਲ ਨਾਨਕ ਦੇਵ ਉਜਲੇ ਜਿੰਨੀ ਨਾਮ ਤੇ ਆਇਆ ਗਏ ਮਸਕ ਪਕਾਲ ਨਾਨਕ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।